तो देख रहे हो जस्ट टीवी, मैं हाँ केपी सिंह। देश में विधानसभा चोणा ते लोकसभा चोणा कठिया होनी चाहिए, चर्चा किन्ने दिनों की छिड़ रही है कि इस तो पहला कई साल कई साल पहला भी यह चर्चा छिड़ी सी, उस तो बाद हुणे चर्चा छिड़ी है, इहदा मतलब है कि है तो असी इको सवाल करना है कठिया चोणा लई तैयार कौन है। ਉਹਦਾ ਪੁਆਇੰਟ ਤੁਹਾਨੂੰ ਦੱਸ ਦਈਏ, ਇੱਕ ਦੇਸ਼ ਇੱਕ ਚੋਣ 'ਤੇ ਅੱਜ ਬਹਿਸ ਕਿਉਂ ਕਰ ਰਹੇ ਤੁਹਾਨੂੰ ਦੱਸ ਦਈਏ। ਪੁਆਇੰਟ ਟੂ ਪੁਆਇੰਟ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੇ ਹੋਣ ਦਾ ਮੁੱਦਾ ਹੋਰ ਪੱਕ ਗਿਆ ਹੈਗਾ। ਬਜਟ ਭਾਸ਼ਣ ਵਿੱਚ ਰਾਸ਼ਟਰਪਤੀ ਨੇ ਇਕੱਠੇ ਚੋਣਾਂ ਜ਼ਿਕਰ ਕੀਤਾ। ਪੀਐਮ ਮੋਦੀ, ਚੋਣ ਕਮਿਸ਼ਨ ਸਨ ਕਈ ਸਿਆਸੀ ਧਿਰਾਂ ਵੀ ਇਸ ਪੱਖ ਵਿੱਚ ਖੜੀਆਂ ਹੋਈਆਂ ਦਿਖਾਈ ਦੇ ਰਹੀਆਂ। 1952 ਤੋਂ 1967 ਤੱਕ ਇਕੱਠੀਆਂ ਚੋਣਾਂ ਹੁੰਦੀਆਂ ਸਨ, 15 ਸਾਲ ਤੱਕ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੇ ਹੋਈਆਂ। 1976 ਵਿੱਚ ਲੋਕ ਸਭਾ ਭੰਗ ਹੋਣ ਤੋਂ ਬਾਅਦ ਇਕੱਠੇ ਚੋਣਾਂ ਦਾ ਫਾਰਮੂਲਾ ਟੁੱਟਿਆ। ਤਕਰੀਬਨ 50 ਸਾਲ ਤੋਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਨਹੀਂ ਹੋਈਆਂ। ਦੇਸ਼ ਵਿੱਚ 4,120 ਵਿਧਾਨ ਸਭਾ ਹਲਕੇ ਆ, 545 ਲੋਕ ਸਭਾ ਹਲਕੇ ਆ, ਕੁੱਲ 4,665 ਸੀਟਾਂ 'ਤੇ ਇਕੱਠੀਆਂ ਚੋਣਾਂ ਕਰਵਾਉਣੀਆਂ ਪੈਣਗੀਆਂ ਜੇ ਸਾਰਾ ਕੁਝ ਹੁੰਦਾ ਹੈ ਤਾਂ। ਅਤੇ ਸਵਾਲ ਇਸ ਬਹਿਸ ਦੇ ਪੁੱਛਣਾ, ਸਵਾਲ ਇੱਕੋ ਹੀ ਆ, ਇਕੱਠੀਆਂ ਚੋਣਾਂ ਜਮਹੂਰੀ ਮੁਲਕ ਦੇ ਸੰਘੀ ਢਾਂਚੇ ਲਈ ਕਿੰਨੀ ਮੁਫੀਦ ਹੈ? ਇਸੇ 'ਤੇ ਹੀ ਬਹਿਸ ਕਰਨੀ ਹੈ। ਖਾਸ ਮਹਿਮਾਨ ਸਾਡਾ ਮੌਜੂਦ ਹੈ, ਉਹਨਾਂ ਦਾ ਤਾਰੁਫ ਕਰਾ ਰਹੇ ਹਾਂ। ਮੁਹੰਮਦ ਖਾਲਿਦ, ਇਹ ਪੋਲੀਟੀਕਲ ਐਕਸਪਰਟ ਦੇ ਤੌਰ 'ਤੇ ਸਾਡੇ ਨਾਲ ਮੌਜੂਦ ਰਹਿਣਗੇ, ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਹੈਗੇ ਆ ਅਤੇ ਚੰਗੀ ਤਰ੍ਹਾਂ ਸਮਝਦੇ ਹੈਗੇ ਆ ਇਹ ਸਾਰੀ ਸਿਆਸਤ ਨੂੰ। ਮੁਹੰਮਦ ਖਾਲਿਦ, ਤੁਹਾਡਾ ਬਹੁਤ ਸਵਾਗਤ ਹੈ। ਅਤੇ ਡਾਕਟਰ ਏ ਪੀ ਸੋਨਾਰੀਆ ਭਾਰਤੀ ਜਨਤਾ ਪਾਰਟੀ ਤੋਂ ਨੇ, ਚਰਨਜੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਤੋਂ ਨੇ, ਕਾਂਗਰਸ ਤੋਂ ਨੇ, ਸਤਵੀਰ ਵਾਲੀ ਆਮ ਆਦਮੀ ਪਾਰਟੀ ਤੋਂ ਹੈ ਅਤੇ ਚਰਚਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਲ ਰਿੰਪਲ ਮੇਡਾ ਤੁਹਾਨੂੰ ਕਰਨਾ ਚਾਹੂੰਗਾ। ਰਿੰਪਲ ਮੇਡਾ, ਤੁਹਾਨੂੰ ਠੀਕ ਲੱਗਦਾ ਇਹ ਤਰਕ? ਨਹੀਂ, ਦੇਖੋ ਜਿਹੜੀ ਚੀਜ਼ ਦਾ ਜਿਹੜਾ ਮਕਸਦ ਹੈ, ਮਕਸਦ ਬਹੁਤ ਚੰਗਾ ਹੈ ਔਰ ਇਹ ਮਕਸਦ ਜਿਸ ਦੇ ਵਿੱਚ ਦੇਸ਼ ਦੇ ਵਿੱਚ ਜਿਹੜਾ ਇਲੈਕਸ਼ਨ ਦਾ ਪ੍ਰੋਸੈਸ ਹੈ ਉਸ ਪ੍ਰੋਸੈਸ ਦੇ ਵਿੱਚ ਕਾਫੀ ਮੁਸ਼ਕਲਾਂ ਜਿਹੜੀਆਂ ਜਿਨ੍ਹਾਂ ਦਿਨਾਂ ਦੇ ਵਿੱਚ ਚੋਣ ਹੁੰਦੀ ਹੈ ਉਹ ਸਾਰੇ ਦਾ ਸਿੱਧਾ ਮੁੱਦੇ ਤੇ ਆਓ, ਮੈਨੂੰ ਦੱਸੋ ਤੁਹਾਨੂੰ ਸੂਟ ਕਰਦਾ ਕਿ ਨਹੀਂ ਕਰਦਾ? ਨਹੀਂ ਦੇਖੋ, ਮੈਂ ਸਾਨੂੰ ਬਿਲਕੁਲ ਸੂਟ ਕਰਦਾ। ਪੰਜਾਬ ਦੀ ਜੇਕਰ ਤੁਸੀਂ ਗੱਲ ਕਰੋ ਉਹ ਕਰ ਰਹੇ ਹੋ ਜਾਂ ਤੁਸੀਂ, ਮੈਂ ਪੰਜਾਬ ਦੀ ਕਰ ਲੈਣਾ ਗੱਲ ਨਾ। ਪੰਜਾਬ ਵਿੱਚ ਹੁਣੇ ਤੁਹਾਡੇ ਇੱਥੇ ਚੋਣਾਂ ਕਰਵਾ ਦੇਣ ਇਕੱਠੀਆਂ, ਤੁਹਾਨੂੰ ਸੂਟ ਕਰਦਾ ਕਿ ਨਹੀਂ? ਦੇਖੋ ਜੀ, ਜਿਸ ਤਰੀਕੇ ਨਾਲ ਜਿਹੜੀ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ, ਕਿਉਂਕਿ ਪੰਜਾਬ ਦੇ ਵਿੱਚ ਹਜੇ 2017 ਦੇ ਵਿੱਚ ਚੋਣ ਹੋ ਕੇ ਹੋਈ ਹੈ, ਹਜੇ ਥੋੜ੍ਹਾ ਹੀ ਸਮਾਂ ਹੋਇਆ ਔਰ ਇਸ ਲਈ ਜਿਹੜਾ ਪੰਜਾਬ ਨੂੰ ਮੈਂ ਇਸ ਦੇ ਵਿੱਚ ਇਹੀ ਕਹਾਂਗਾ ਕਿ ਜਿੱਥੇ ਚੋਣ ਹੋਇਆਂ ਨੂੰ ਕੋਈ 3 ਸਾਲ ਹੋ ਗਏ ਹੋਣ ਜਾਂ ਜਿਸ ਤਰ੍ਹਾਂ ਕਹਿ ਸਕਦੇ ਹਾਂ ਆਪਾਂ ਅੱਧ ਤੋਂ ਵੱਧ ਸਮਾਂ ਹੋ ਗਿਆ ਹੋਵੇ, ਉਸ ਸੂਬੇ ਨੂੰ ਇਸ ਦੇ ਨਾਲ ਵਿਚਾਰਿਆ ਜਾ ਫਾਇਦਾ ਹੋਜੂਗਾ ਨਾ, ਤੁਹਾਨੂੰ ਤਾਂ ਫਾਇਦਾ ਹੋਜੂਗਾ। ਚੋਣ ਮੈਨੀਫੈਸਟੋ ਵਿੱਚ ਵੱਡੇ ਵੱਡੇ ਵਾਅਦੇ ਕੀਤੇ, ਉਹ ਪੂਰੇ ਨਹੀਂ ਹੋ ਰਹੇ ਗਏ, ਖਜ਼ਾਨਾ ਖਾਲੀ ਹੈਗਾ, ਦੁਬਾਰਾ ਚੋਣਾਂ ਹੋ ਜਾਣਗੇ, ਸੈੱਟ ਹੋਜੂ ਮਾਮਲਾ, ਦੇਖੋ ਨਵੇਂ ਵਾਅਦੇ ਕਰ ਲਈਓ। ਜਿਹੜਾ ਕੋਈ ਹੋਰ ਆਏਗਾ ਉਹ ਕੋਈ ਨਾਲ ਆਪਦੇ ਘਰੋਂ ਖਜ਼ਾਨਾ ਲੈ ਕੇ ਤਾਂ ਆਏਗਾ ਨਹੀਂ, ਇਹ ਤਾਂ ਵਾਰ ਵਾਰ ਕਹੀ ਜਾਂਦੇ ਸਾਨੂੰ ਸਰਕਾਰ ਤੋਂ ਅਸੀਂ ਸਾਂਭਲਾਂਗੇ। ਦੇਖੋ ਇਹ ਤਾਂ ਫਿਰ ਉਹੀ ਗੱਲ ਹੋ ਗਈ ਨਾ ਵੀ ਜਦੋਂ ਸਰਕਾਰ ਤੋਂ ਬਾਹਰ ਹੈ ਉਦੋਂ ਤਾਂ ਇਹ ਸਾਰੀਆਂ ਗੱਲਾਂ ਇਹ ਕਹਿ ਸਕਦੇ ਆ ਕਿ ਇਹ ਤਾਂ ਵਾਅਦੇ ਸਾਡੇ ਤੋਂ ਵੀ ਵੱਡੇ। ਤੁਹਾਨੂੰ ਸੂਟ ਨਹੀਂ ਕਰਦਾ ਨਾ ਪੰਜਾਬ ਕਰਕੇ, ਤੁਹਾਨੂੰ ਸੂਟ ਨਹੀਂ ਕਰਦਾ। ਮੈਂ ਇਹ ਗੱਲ ਤੁਹਾਨੂੰ ਦੱਸੀ ਹੈ ਕੇਪੀ ਜੀ, ਇਹ ਮੇਰੇ ਮੈਨੂੰ ਇਕੱਲੇ ਨੂੰ ਸੂਟ ਕਰਨਾ ਜਾਂ ਸਾਡੀ ਪਾਰਟੀ ਨੂੰ ਸੂਟ ਕਰਨ ਦੇ ਨਾਲ ਇਹ ਗੱਲ ਦਾ ਨਹੀਂ, ਇਹ ਜਿਹੜਾ ਵੱਡੇ ਜਿਹੜੇ ਹੈ ਪੈਟਰਨ ਤੇ ਗੱਲ ਚੱਲ ਰਹੀ ਹੈ ਔਰ ਡਿਪਲੋਮੈਟਿਕ ਜਵਾਬ ਦੇਣੇ ਪਏ ਨੇ, ਉਸ ਦੇ ਵਿੱਚ ਹਰ ਚੀਜ਼ ਨੂੰ ਵਿਚਾਰਿਆ ਜਾਣਾ ਹੈ ਔਰ ਇਸ ਦੇ ਜਿਹੜਾ ਇਹ ਪੂਰੇ ਦੇਸ਼ ਦੇ ਵਿੱਚ ਇਸ ਢਾਂਚੇ ਨੂੰ ਜਦੋਂ ਬਦਲਣਾ ਹੈ ਤਾਂ ਹਰੇਕ ਸੂਬੇ ਦੀ ਸਥਿਤੀ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਇੱਕੋ ਫੇਰ ਚ ਇਲੈਕਸ਼ਨ ਕਰਾਉਣ ਵਾਲੇ ਇੱਕ ਭਾਰੀ ਜਿਹੜੇ ਤਰੀਕੇ ਨੂੰ ਹੈ ਉਹਨੂੰ ਬੜੀਆਂ ਸੋਧਾਂ ਹੋਣੀਆਂ, ਸੰਵਿਧਾਨ ਵਿੱਚ ਸੋਧ ਹੋਣੀ ਹੈ। ਸਤਵੀਰ ਵਾਲੀਆ, ਤੁਹਾਨੂੰ ਸੂਟ ਕਰਦਾ? ਦੇਖੋ, ਸਾਨੂੰ ਸੂਟ ਕਰਦਾ ਨਹੀਂ ਕਰਦਾ ਉਹ ਮੈਟਰ ਨਹੀਂ ਕਰਦਾ, ਡਿਪੈਂਡ ਕਰਦਾ ਕੰਟਰੀ ਨੂੰ ਕੀ ਸੂਟ ਕਰਦਾ। ਦੇਖੋ ਇਹ ਬਹੁਤ ਵਧੀਆ ਇਸ਼ੂ ਹੈ, ਜੇ ਇਕੱਠੀ ਚੋਣਾਂ ਹੁੰਦੀਆਂ ਉਹਦੇ ਨਾਲ ਇੱਕ ਤਾਂ ਬਹੁਤ ਜਿਹੜਾ ਫੰਡ ਜਿਹੜਾ ਚੋਣਾਂ 'ਚ ਯੂਜ਼ ਹੁੰਦਾ ਹੈ ਉਹਦਾ ਬਚਾਅ ਹੋਏਗਾ, ਕੰਟਰੀ ਦਾ ਫੰਡ ਸੇਵ ਹੋਏਗਾ, ਜਿਹੜੀ ਪੈਰਾਮਿਲਟਰੀ ਫੋਰਸਿਸ ਹੁੰਦੀਆਂ ਉਹ ਸਟੇਟਸ 'ਚ ਲੱਗਦੀਆਂ ਹੋਰ ਲੱਗਦੀਆਂ ਸਾਰੀਆਂ ਉਹ 'ਚ ਥੋੜ੍ਹੀ ਕਟੌਤੀ ਹੋਏਗੀ। ਜਿਹੜਾ ਚੋਣ 'ਚ ਇਲੈਕਸ਼ਨ 'ਚ ਜੋ ਖਰਚਾ ਹੁੰਦਾ ਉਹ ਖਰਚਾ ਘਟੇਗਾ, ਨੋ ਡਾਊਟ ਕੰਟਰੀ ਦੇ ਬਜਟ 'ਤੇ ਫਰਕ ਪਏਗਾ ਅਤੇ ਸਟੇਟਸ 'ਤੇ ਵੀ ਇਸ ਚੀਜ਼ ਇਫੈਕਟ ਕਰੇਗਾ। ਅਤੇ ਇਹ ਸਾਨੂੰ ਕੋਈ ਫਰਕ ਨਹੀਂ ਪੈਂਦਾ ਵੀ ਜੇ ਚੋਣਾਂ 2019 'ਚ ਇਕੱਠੀਆਂ ਹੋ ਜਾਂਦੀਆਂ, ਸਾਡੀ ਜੇ ਇੱਕ ਸਾਲ ਦੀ ਸਰਕਾਰ ਪਹਿਲਾਂ ਜੇ ਖਤਮ ਵੀ ਹੁੰਦੀ ਆ ਉਹ ਮੈਟਰ ਨਹੀਂ ਕਰਦਾ, ਪਰ ਗੱਲ ਇਹ ਹੁੰਦੀ ਤੁਹਾਡੇ ਤਾਂ ਹੁਣ ਹੀ ਸੰਕਟ ਪਾਇਆ ਹੋਇਆ ਨਹੀਂ, ਪਰ ਡਿਪੈਂਡ ਕਰਦਾ। ਚਲੋ ਉਹ ਤਾਂ ਮੋਦੀ ਸਾਹਿਬ ਨੇ ਹੁਣ ਡਿਕਟੇਟਰ ਹੈਗੇ ਹੀ, ਉਹਨਾਂ ਨੇ ਕਰਨਾ ਹੀ ਹੈ, ਪਰ ਡਿਪੈਂਡ ਇਹ ਕਰਦਾ ਮੋਦੀ ਸਾਹਿਬ ਡਿਕਟੇਟਰ ਹੈ। ਹਾਂਜੀ, ਮੋਦੀ ਸਾਹਿਬ ਡਿਕਟੇਟਰ ਹੈ, ਠੀਕ ਹੈ। ਦੇਖੋ ਮੈਂ ਕੰਪਲੀਟ ਕਰਦਾ, ਫਟਾਫਟ ਕਰੋ ਕੰਪਲੀਟ। ਦੇਖੋ ਪਰ ਇਹ ਹੈ, ਇੱਕ ਕੌਨਸਟੀਟਿਊਸ਼ਨਲ ਜਿਹੜਾ ਹੈਗਾ ਫੈਸਲਾ ਹੈਗਾ, ਕੌਨਸਟੀਟਿਊਸ਼ਨਲ ਫੈਸਲਾ ਇਹ GST ਨੋਟਬੰਦੀ ਵਾਂਗੂ ਜਿਵੇਂ ਫੇਲ ਹੋਇਆ ਸਾਰਾ ਕੁਝ, ਉਦਾਂ ਨਹੀਂ ਲਿਆ ਜਾ ਸਕਦਾ। ਇਹਦੇ ਵਾਸਤੇ ਪ੍ਰੋਪਰ ਡਿਸਕਸ਼ਨ ਜਿਹੜੀ ਹੁੰਦੀ ਹੈ ਹੋਣੀ ਹੁੰਦੀ ਹੈ, ਪਾਰਲੀਮੈਂਟ ਪ੍ਰੋਪਰ ਬਿੱਲ ਪਾਸ ਹੋਣਾ ਹੁੰਦਾ,
ਪੂਰੀ ਬਹਿਸ ਹੋਣੀ ਹੁੰਦੀ ਹੈ, ਠੀਕ, ਪੂਰੇ ਲੀਗਲ ਪੁਆਇੰਟਸ ਤੇ ਲੀਗਲ ਪਹਿਲੂ ਤੇ ਡਿਸਕਸ਼ਨ ਹੋਣੀ ਹੁੰਦੀ ਹੈ। ਇਹ ਨਹੀਂ ਕਿ ਨੋਟਬੰਦੀ GST ਔਰ ਦੀ ਤਰ੍ਹਾਂ ਕਰ ਦੋ ਔਰ ਰਾਤੋ ਰਾਤ ਕਰ ਦੋ ਔਰ ਉਸ ਤੋਂ ਬਾਅਦ ਸਾਰਾ ਖਲੇਰਾ ਪੈ ਜਾਵੇ ਦੇਸ਼ 'ਚ, ਠੀਕ ਹੈ, ਬਿਲਕੁਲ ਗਰਾਊਂਡ ਤੇ ਆ ਜਾਏ। ਉਹ ਉਸ ਟਾਈਪ ਦਾ ਮੁੱਦਾ ਨਹੀਂ ਹੈਗਾ। ਡਟਰ ਏਪੀ ਸੰਵਾਰ ਗਿਆ, ਮੋਦੀ ਸਾਹਿਬ ਡਿਕਟੇਟਰ ਹੈਗੇ ਆ, ਆਮ ਆਦਮੀ ਪਾਰਟੀ ਕਹਿ ਰਹੀ ਹੈ, ਤੇ ਇਹ ਸਾਰੀਆਂ ਚੀਜ਼ਾਂ ਦੇ ਨਾਲ ਡਿਕਟੇਟਰਸ਼ਿਪ ਨਹੀਂ ਆ ਜਾਊਗੀ। ਕੇਪੀ ਜੀ, ਮੈਨੂੰ ਬੜੇ ਦੁੱਖ ਕੇ ਸਾਥ ਕਹਿਣਾ ਪੜਤਾ ਹੈ ਕਿ ਮੇਰੇ ਸਾਥੀ, ਜੇ ਦੁੱਖ ਦੀ ਪੰਜਾਬੀ ਚ ਦੱਸੋ ਤਾਂ ਜ਼ਿਆਦਾ ਵਧੀਆ, ਕਹਿਣ ਦਾ ਮਤਲਬ ਸਾਡਾ ਦੁੱਖ ਤਾਂ ਪੱਕਾ ਇਧਰ। ਹੁਣ ਇਹ ਸਾਡੇ ਪ੍ਰਵਕਤਾ ਆਪ ਆਦਮੀ ਪਾਰਟੀ ਦੇ, ਆਮ ਆਦਮੀ ਦੇ ਪਾਰਟੀ ਦੇ ਭਾਰਤ ਵਰਸ ਦੇ ਪ੍ਰਧਾਨ ਮੰਤਰੀ ਨੂੰ ਡਿਕਟੇਟਰ ਕਹਿ ਰਿਹਾ, ਉੱਥੇ ਇਹਨਾਂ ਨੂੰ ਇਲੈਕਟ ਕਰਕੇ ਭੇਜਿਆ, ਉਹਨੇ ਸਾਰੇ MP ਫੁੱਲ ਮੈਜੋਰਿਟੀ ਦੇ ਕੇ ਭੇਜਿਆ। ਮੈਂ ਇਸ ਤਰ੍ਹਾਂ ਲੱਗ ਰਿਹਾ ਕਿ ਇਹਨਾਂ ਦਾ ਜਿਹੜਾ ਬੈਕਗਰਾਊਂਡ ਹੈ ਆਮ ਪਾਰਟੀ ਦਾ, ਤੋ ਇਹ ਗਾਲੀਆਂ ਦੇਣ ਦੀ ਗੱਲ ਹੈ। ਆਪਣੀ ਪਾਰਟੀ ਨੂੰ ਭੁੱਲ ਗਏ, 20 ਗਾਲਾਂ ਥੋੜੀ ਕੱਢ ਰਿਹਾ, ਉਹ ਗਾਲਾਂ ਥੋੜੀ ਕੱਢ ਰਿਹਾ, ਉਹਨਾਂ ਦਾ ਹੱਕ ਬਣਦਾ ਹੈ ਗੱਲ ਕਹਿਣੀ, ਕਿਉਂ ਨਹੀਂ ਕਰ ਸਕਦੇ ਲੋਕਤੰਤਰ ਦੇ ਵਿੱਚ, ਇਹ ਗੱਲ ਕਿਉਂ ਨਹੀਂ ਕਹੀ ਜਾ ਸਕਦੀ? ਨਹੀਂ ਡਿਕਟੇਟਰ, ਇਹ ਸਾਡੀ ਡੈਮੋਕ੍ਰੇਸੀ ਹੈ, ਇਹ ਕਹਿਣ ਦਾ ਮਤਲਬ ਇਹ ਫਿਰ ਭੁੱਲ ਗਏ ਕਿ ਇਹਨਾਂ ਨੂੰ ਡੈਮੋਕ੍ਰੇਸੀ ਦਾ ਇਲੈਕਸ਼ਨ ਨਹੀਂ ਲੜਿਆ, ਇਲੈਕਸ਼ਨ ਨਹੀਂ ਲੜਿਆ ਕਿ ਉਹ ਪ੍ਰਧਾਨ ਡੈਮੋਕ੍ਰੇਸੀ ਨਹੀਂ ਇਲੈਕਟ ਕਿੱਥੇ ਦਿੱਤੀ? ਨਹੀਂ ਮੈਂ ਕਹਿ ਰਿਹਾ, ਚਲੋ ਤੇ ਐਵੇਂ ਬਸ ਮਾਰੇ ਸਾਹਿਬ, ਤੁਸੀਂ ਅਰਵਿੰਦ ਕੇਜਰੀਵਾਲ ਨੂੰ ਡਿਕਟੇਟਰ ਕਹਿ ਦਿਓ ਫਿਰ। ਕਾਨੂੰਨ ਜਿਹੜਾ ਹੈ, ਸਾਡੀ ਸਰਕਾਰ ਦਾ ਕੋਈ ਕੰਮ ਨਹੀਂ, ਉਹਦੇ 22 MLA ਜਿਹੜੇ ਨੇ ਪਕੜੇ, ਪ੍ਰੋਫਿਟ ਆਫ ਆਫਿਸ ਵਿੱਚ ਨਿਕਲ ਗਏ, ਮੈਂ ਇਹ ਗੱਲ ਕਹਿਣਾ ਹੈ ਕਿ ਭਾਵੇਂ ਹੁਣ ਹੋ ਜਾਏ ਤੇ ਭਾਵੇਂ ਅਗਲੇ ਵਾਰੀ ਹੋ ਜਾਣ, ਇਹਦੇ ਨਾਲ ਦੇਸ਼ ਦਾ ਬਹੁਤ ਵੱਡਾ ਫਾਇਦਾ ਹੋ ਸਕਦਾ। ਹਾਲਾਂਕਿ ਹੋ ਸਕਦਾ ਰੀਜਨਲ ਪਾਰਟੀਆਂ ਨੂੰ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਵੀ ਹੋਵੇ, ਪਰ ਮੈਂ ਸਮਝਦਾ ਕਿ ਜਿਹੜੀ ਗੱਲ ਦੇ ਵਿੱਚ ਦੇਸ਼ ਦਾ ਨੁਕਸਾਨ ਫਾਇਦਾ ਹੁੰਦਾ ਹੋਵੇ, ਉਹ ਫੈਸਲਾ ਦੇਸ਼ ਦੇ ਹਿੱਤ 'ਚ ਹੈਗਾ ਤਾਂ ਕੋਈ ਗੱਲ ਨਹੀਂ, ਖੱਬੇ ਸੱਜੇ ਕਦੇ ਫਾਇਦਾ ਕਦੇ ਨੁਕਸਾਨ ਇਹ ਚੱਲਦੇ ਰਹਿਣ ਵਾਲੀ ਗੱਲ ਹੈ। ਉਹਦੇ ਕਾਰਨ ਵੱਡੇ ਹੈ, ਜਿੰਨੀ ਤੁਸੀਂ ਗੱਲ ਕਰਤੀ ਨਾ, ਇਕੱਲੇ ਖਰਚੇ ਦੀ ਜਿਵੇਂ ਗੱਲ ਮਿੱਡਾ ਜੀ ਨੇ ਕਰਤੀ ਜਾਂ ਹੋਰ, ਇਹ ਬੜੀ ਛੋਟੀ ਗੱਲ ਹੈ। ਸਵਾਲ ਇਹ ਹੈ ਕਿ ਜਦੋਂ 22 ਇਲੈਕਸ਼ਨ ਹੁੰਦੇ ਹੈ, ਇਲੈਕਸ਼ਨ ਵੱਖਰੇ ਵੱਖਰੇ ਹੁੰਦੇ ਹੈ, ਜਿਹੜੇ ਦੀ ਮਤਲਬ ਉੱਥੋਂ ਕਰਪਸ਼ਨ ਦੇ ਬਹੁਤ ਮੁੱਦੇ ਉੱਠਦੇ ਹੈ, ਕਿਉਂਕਿ ਕਰਪਸ਼ਨ ਦੇ ਰਾਹ ਖੁੱਲ੍ਹਦੇ ਇੱਕ ਵੱਖਰੋ ਵੱਖਰੇ ਇਲੈਕਸ਼ਨਾਂ ਦੇ ਵਿੱਚ। ਜੇ ਸਾਰਾ ਦੇਸ਼ ਇੱਕੇ ਵਾਰੀ ਇਲੈਕਸ਼ਨ ਕਰ ਲਏ ਤੇ 4.5 ਸਾਲ ਤਾਂ ਘੱਟੋ ਘੱਟ ਦੇਸ਼ ਦੀ ਤਰੱਕੀ ਦੇ ਲਈ ਕੋਈ ਨਾ ਕੋਈ ਜਿਹੜੀ ਸਰਕਾਰ, ਤੁਹਾਨੂੰ ਲੱਗਦਾ ਕੋਈ ਸਿਆਸੀ ਸੰਕਟ ਨਹੀਂ ਆਊਗਾ ਇਸ ਵਿਚਾਲੇ? ਕੋਈ ਸਿਆਸੀ ਸੰਕਟ ਨਹੀਂ, ਔਰ ਮੈਂ ਸਮਝਦਾ ਹਾਂ ਇਕੱਲੇ ਮੋਦੀ ਸਾਹਿਬ ਹੀ ਆ ਜਿਹੜੇ ਫੈਸਲਾ ਕਰ ਸਕਦੇ ਆ। ਜੇ GST ਲਾਗੂ ਹੋਇਆ, ਇੰਨੇ ਸਾਲ ਦਾ 50-60 ਸਾਲ ਦਾ ਸਫ਼ਰ ਤੈਅ ਕਰਕੇ ਤਾਂ ਉਹਨਾਂ ਨੇ ਲਾਗੂ ਕੀਤਾ। ਨੋਟਬੰਦੀ ਦੇ ਵਿੱਚ ਬਹੁਤ ਸਾਰੀਆਂ ਕਿੰਤੂ ਪਰੰਤੂ ਉੱਠਦੇ ਆ, ਪਰ ਮੇਰਾ ਖਿਆਲ ਹੈ ਕਿ ਜੇ ਨੋਟਬੰਦੀ ਨਾ ਹੁੰਦੀ ਤਾਂ ਸਾਡੀ ਕਰੰਸੀ ਪਤਾ ਨਹੀਂ ਕਿੱਧਰ ਨੂੰ ਜਾ ਰਹੀ ਸੀ, ਜਿੰਨੀ ਜਾਲੀ ਕਰੰਸੀ ਤੁਰੀ ਫਿਰਦੀ ਸੀ, ਵੱਧ ਕਰੰਸੀ ਤੁਰੀ ਫਿਰਦੀ ਸੀ, ਬੜੀਆਂ ਬਾਜ਼ਾਰ ਦੇ ਵਿੱਚ ਗੱਲਾਂ ਨੇ, ਅਸਲੀਅਤ ਕੀ ਹੈ ਇਹ ਕਿਤੇ ਜਦੋਂ ਸਰਕਾਰੀ ਪ੍ਰੋਵਾਈਡ। ਯਾਰ ਇੱਕ ਮਿੰਟ ਗੱਲ ਵਿੱਚ ਨਾ ਬੋਲੋ ਤੁਸੀਂ, ਐਡੇ ਕਾਲੇ ਕਾਹਨੂੰ ਹੋਈ ਜਾਂਦੇ ਹੋ? ਮਤਲਬ ਕਹਿਣ ਦਾ ਕਿ ਇਹ ਉਹ ਵੀ ਜਿਹੜਾ ਫੈਸਲਾ ਹੈ ਇਹ ਮੋਦੀ ਸਾਹਿਬ ਨੇ ਕੀਤਾ, ਔਰ ਵਨ ਨੇਸ਼ਨ ਅਤੇ ਵਨ ਇਲੈਕਸ਼ਨ ਵਾਲਾ ਜਿਹੜਾ ਫੈਸਲਾ ਹੈ ਇਹ ਵੀ ਮੋਦੀ ਸਾਹਿਬ ਹੀ ਲੈ ਸਕਦੇ ਆ। ਕੁਛ ਹੋ ਸਕਦਾ ਕੋਈ 5-10 ਪੈਸੇ ਨੁਕਸਾਨ ਵੀ ਕਿਸੇ ਪਾਸੇ ਹੁੰਦਾ ਹੋਵੇ, ਪਰ ਜੇ ਮੇਜਰ ਫਾਇਦਾ ਹੁੰਦਾ ਹੋਵੇ ਤਾਂ ਦੇਸ਼ ਦੇ ਹਿੱਤ ਦੇ ਵਿੱਚ ਮੇਰਾ ਖਿਆਲ ਇਹ ਫੈਸਲੇ ਲੈ ਲੈਣੇ ਚਾਹੀਦੇ। ਆ ਰਿਹਾ ਸਤਿਗੁਰ ਵਾਲੀ ਮੁਹੰਮਦ ਖਾਲਿਦ, ਦੇਸ਼ ਦੇ ਸੰਘੀ ਢਾਂਚੇ ਨੂੰ ਇਸ ਨਾਲ ਕੋਈ ਖਤਰਾ ਨਹੀਂ ਹੋਵੇਗਾ? ਨਹੀਂ, ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ ਹਾਂ। ਮੇਰਾ ਇੱਕ ਬਿਲਕੁਲ ਡਿਫਰੈਂਟ ਵਿਊ ਪੁਆਇੰਟ ਹੈ। ਪਹਿਲੀ ਤਾਂ ਚੀਜ਼ ਇਹ ਹੈਗੀ ਹੈ ਕਿ ਤੁਹਾਨੂੰ ਆਪ ਦੱਸਿਆ ਕਿ ਇੱਕ ਕੁਛ ਸਮੇਂ ਤੱਕ ਇਲੈਕਸ਼ਨ ਇਕੱਠੀਆਂ ਹੁੰਦੀਆਂ ਰਹੀਆਂ, ਬਾਅਦ ਦੇ ਵਿੱਚ ਇਲੈਕਸ਼ਨ ਜਿਹੜੀਆਂ ਹੈਗੀਆਂ ਅਲੱਗ ਅਲੱਗ ਹੋ ਗਈਆਂ। ਮੇਰਾ ਇਹਦੇ ਬਾਰੇ ਬਿਲਕੁਲ ਕਲੀਅਰ ਉਹ ਹੈਗਾ ਕਿ ਇਕੱਠੀਆਂ ਇਲੈਕਸ਼ਨ ਡਿਸਕਸ਼ਨ ਕਿੰਨੀ ਮਰਜ਼ੀ ਕਰ ਲਓ, ਇਕੱਠੀਆਂ ਇਲੈਕਸ਼ਨ ਜਿਹੜੀਆਂ ਹੈਗੀਆਂ ਨਹੀਂ ਹੋ ਸਕਦੀਆਂ। ਅਗਰ ਹੋਣਗੀਆਂ ਵੀ ਥੋੜ੍ਹੇ ਸਮੇਂ ਦੇ ਵਾਸਤੇ ਹੋ ਜਾਣਗੀਆਂ, ਫਿਰ ਟੁੱਟ ਜਾਣਗੀਆਂ। ਨੀਤੀ ਆਯੋਗ ਦੀ ਗੱਲ ਕਰ ਰਿਹਾ, ਮੈਂ ਆਪਣੀ ਗੱਲ ਕਰ ਰਿਹਾ ਐਜ਼ ਏ ਸਟੂਡੈਂਟ ਆਫ ਪੋਲੀਟੀਕਲ ਸਾਇੰਸ। ਮੈਂ ਤੁਹਾਨੂੰ ਕਲੀਅਰਲੀ ਇਹ ਗੱਲ ਕਹਿ ਰਿਹਾ ਕਿ ਇਹ ਇਲੈਕਸ਼ਨ ਨੰਬਰ 1 ਪੋਸੀਬਲ ਨਹੀਂ ਹੈ। ਤੁਸੀਂ UP 'ਚ ਇਲੈਕਸ਼ਨ ਕਰਵਾਉਣਾ ਹੋਵੇ 5 ਫੇਜ਼ ਦੇ ਵਿੱਚ ਕਰਵਾਉਣੇ ਹੋ, ਤੁਸੀਂ ਪੂਰੇ ਕੰਟਰੀ ਦੇ ਵਿੱਚ ਇੰਨਾ ਇਨਫਰਾਸਟ੍ਰਕਚਰ ਹੈ ਤੁਹਾਡੇ ਕੋਲ, ਇੰਨੀਆਂ EVMs ਹੈ ਤੁਹਾਡੇ ਕੋਲ, ਤੁਹਾਡੇ ਕੋਲ ਇੰਨਾ ਸਿਕਿਉਰਿਟੀ ਦਾ ਸਿਸਟਮ ਹੈ ਨੰਬਰ 1। ਨੰਬਰ 2, ਅਗਰ ਕੱਲ੍ਹ ਨੂੰ ਸੈਂਟਰ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਸਰਕਾਰ ਨਹੀਂ ਮਿਲਦੀ, ਸਰਕਾਰ 1.5 ਸਾਲ ਬਾਅਦ ਟੁੱਟ ਜਾਂਦੀ ਹੈ, ਕਿਆ ਤੁਸੀਂ ਸਾਰੇ ਸਟੇਟਾਂ ਦੇ ਦੁਆਰਾ ਇਲੈਕਸ਼ਨ ਕਰਵਾਓਗੇ 1.5 ਸਾਲ ਬਾਅਦ? ਨਹੀਂ, ਮੈਂ ਉਹੀ ਕਹਿ ਰਿਹਾ, ਅਸਥਿਰਤਾ ਹੈਗੀ ਹੈ। ਦੇਖੋ ਫੈਡਰਲ ਦੇ ਵਿਚਾਲੇ ਕੀ ਹੋਊਗਾ, ਫੈਡਰਲ ਸਟਰਕਚਰ ਦੇਖੋ, ਸਟੇਟ ਦੀ ਸਰਕਾਰ ਰਹਿੰਦੀ ਹੈ ਜਦ ਤੱਕ ਪਲੇਜ਼ਰ ਆਫ ਦਾ ਗਵਰਨਰ ਹੈ,
केंद्र की सरकार रहिंदी है जब तक प्लेजर ऑफ द प्रेजिडेंट है ਤੁਸੀਂ ਸਾਰੇ ਅਮੈਂਡਮੈਂਟ ਕਰਨੀਆਂ ਪੈਣਗੀਆਂ ਕਨਸਟੀਟਿਊਸ਼ਨ ਦੇ ਵਿੱਚ ਔਰ ਉਸ ਤੇ ਬਸ ਸੁਣੋ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਕਿਆ ਜਿਹੜੀਆਂ ਸਰਕਾਰਾਂ ਜਿਵੇਂ ਕਿ ਅੱਜ ਨਾਰਥ ਈਸਟ ਦੇ ਵਿੱਚ ਇਲੈਕਸ਼ਨ ਹੋਇਆ ਕੱਲ੍ਹ ਕਿਆ ਤੁਸੀਂ 6 ਮਹੀਨੇ ਬਾਅਦ ਫਿਰ ਉੱਥੇ ਇਲੈਕਸ਼ਨ ਕਰਵਾਓਗੇ ਯਾਨੀ ਤੁਸੀਂ ਔਰ ਫਿਰ ਇਹ ਹੈ ਕਿ ਇਹ ਇਲੈਕਸ਼ਨ ਜਿਹੜੀ ਹੈਗੀ ਹੈ ਅਗਰ ਤੁਸੀਂ ਕਰਵਾ ਵੀ ਲਓਗੇ ਜ਼ਿਆਦਾ ਦੇਰ ਟਿਕਣੀ ਨਹੀਂ ਹੈ ਉਹਦੇ ਵਿੱਚ ਡੈਫੀਨੇਟਲੀ ਕਿਸੇ ਨਾ ਕਿਸੇ ਸਟੇਟ ਦੇ ਵਿੱਚ ਸਰਕਾਰਾਂ ਗਿਰਨੀਆਂ ਹਨ ਬਿਕੋਜ਼ ਆਫ ਨੋਨ ਮੈਜੋਰਟੀ ਔਰ ਉਹਦੇ ਨਾਲ ਕੀ ਹੋਏਗਾ ਤੁਸੀਂ ਕਹੋਗੇ ਜੀ ਕਿ ਇੱਥੇ ਗਵਰਨਰ ਰੂਲ ਲਾ ਦਿਓ ਕਿਉਂਕਿ 6 ਹੁਣ ਇਲੈਕਸ਼ਨ ਤਾਂ ਸਟੇਟ ਇਕੱਠੀਆਂ ਹੋਣੀਆਂ ਉਹਨਾਂ ਇਸ ਕਰਕੇ ਇਹਨਾਂ ਚੀਜ਼ਾਂ ਦੇ ਵਿੱਚ ਡਿਸਕਸ਼ਨ ਕੀਤੀ ਜਾ ਸਕਦੀ ਹੈ ਇਹਦੇ ਬਾਰੇ ਡਿਬੇਟ ਹੋਰ ਜ਼ਿਆਦਾ ਹੋ ਸਕਦੀ ਹੈ ਲੇਕਿਨ ਮੇਰਾ ਆਪਣਾ ਓਪੀਨੀਅਨ ਇਹ ਹੈਗਾ ਕਿ ਇਹ ਚੀਜ਼ ਲਾਗੂ ਨਹੀਂ ਹੋ ਇੱਕ ਛੋਟਾ ਬ੍ਰੇਕ ਲੈਣੇ ਬ੍ਰੇਕ ਤੋਂ ਵਾਪਸ ਆਵਾਂਗੇ ਇੱਕ ਦੇਸ਼ ਇੱਕ ਚੋਣ ਹੈ ਜਿਹੜਾ ਕਿੰਨੀਆਂ ਚੁਣੌਤੀਆਂ ਉਸਦੇ ਅੱਗੇ ਬਹੁਤ ਸਵਾਲ ਹੈ ਕਿ ਹੈ ਤੇ ਕਿਹਨੂੰ ਕਿਹਨੂੰ ਸੂਟ ਕਰਦਾ ਹੈਗਾ ਸਵਾਲ ਇਹ ਨਹੀਂ ਹੈਗਾ ਜਿਵੇਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਇੱਥੇ ਕਹਿ ਰਹੇ ਆ ਕਿ ਦੇਸ਼ ਨੂੰ ਸੂਟ ਕਰਦਾ ਕਿ ਨਹੀਂ ਹੈਗਾ ਕਿ ਨਹੀਂ ਕਰਦਾ ਹੈਗਾ ਇਹ ਬਹੁਤ ਵੱਡਾ ਸਵਾਲ ਹੈ ਬਹੁਤ ਅਹਿਮ ਸਵਾਲ ਹੈਗਾ ਕਿ ਉਹਨਾਂ ਤੋਂ ਸਵਾਲ ਜਵਾਬ ਕੀਤੇ ਜਾਣਗੇ ਉਹਨਾਂ ਤੋਂ ਪੁੱਛਿਆ ਜਾਊਗਾ ਜੇ ਲੋਕਤੰਤਰ ਢਾਂਚੇ ਦੀ ਅਸੀਂ ਗੱਲ ਕਰਦੇ ਹੈਗੇ ਆ ਜਾਂ ਸਿਰਫ ਇੱਕ ਚਰਚਾ ਛੇੜੀ ਗਈ ਹੈਗੀ ਆ ਚਰਚਾ ਕਰਦੇ ਰਹੋ ਦੇਸ਼ ਦਾ ਮੂਡ ਪਤਾ ਲੱਗ ਜੂਗਾ ਉਹ ਸਾਨੂੰ ਫੈਸਲਾ ਕਰ ਲਵਾਂਗੇ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਇਹੀ ਸਵਾਲ ਕਰਨੇ ਇਕੱਠੀਆਂ ਚੋਣਾਂ ਜਮਹੂਰੀ ਮੁਲਕ ਦੇ ਸੰਘੀ ਢਾਂਚੇ ਲਈ ਕਿੰਨੀ ਮਫੀਦ ਹੈ ਸਰਬਜੀਤ ਧਾਲੀਵਾਲ ਜੀ ਸਾਡੇ ਨਾਲ ਹੈਗੇ ਸਰਬਜੀਤ ਧਾਲੀਵਾਲ ਇੱਕ ਤਰਕ ਇਹ ਵੀ ਦਿੱਤਾ ਜਾਂਦਾ ਸਮਾਂ ਬਚੂਗਾ ਪੈਸਾ ਬਚੂਗਾ ਇੱਕ ਤਰਕ ਇਹ ਵੀ ਦਿੱਤਾ ਜਾ ਰਿਹਾ ਕਿ ਲੋਕਾਂ ਦੀ ਦਿਲਚਸਪੀ ਹੈ ਜਿਹੜੀ ਉਹ ਇਸ ਲੋਕਤੰਤਰ ਦੇ ਮੇਲੇ ਵਿੱਚ ਬਹੁਤ ਵੱਧ ਜੂਗੀ ਇਸ ਤਰਕ ਨਾਲ ਇਤਫਾਕ ਰੱਖਦੇ ਦੇਖੋ ਇਹਦੇ ਦੋ ਪਹਿਲੂ ਹੈਗੇ ਨੇ ਇੱਕ ਲੀਗਲ ਪਹਿਲੂ ਹੈਗਾ ਜਾਂ ਕਾਨਸਟੀਟਿਊਸ਼ਨ ਪਹਿਲੂ ਹੈਗਾ ਤੇ ਦੂਸਰਾ ਹੈਗਾ ਪੋਲੀਟੀਕਲ ਪਹਿਲੂ ਠੀਕ ਹੈ ਪਹਿਲਾਂ ਮੈਨੂੰ ਪੋਲੀਟੀਕਲ ਪਹਿਲੂ ਸਮਝਾ ਦਿਓ ਦੋਨੇ ਹੀ ਸਰ ਕਰਨੇ ਜਿਹਨੂੰ ਕਹਿੰਦੇ ਨੇ ਇਹਨਾਂ ਨੂੰ ਸਰ ਕਰਨਾ ਬਹੁਤ ਮੁਸ਼ਕਲ ਹੈ ਮਤਲਬ ਪੋਲੀਟੀਕਲ ਕੰਸੈਂਸਸ ਚਾਹੀਦਾ ਕੰਟਰੀ ਵਿੱਚ ਵੀ ਹੋ ਸਕਦੀ ਹੈ ਕਿ ਹੋ ਸਕਦੀ ਜੇ ਸਾਰੀਆਂ ਪੋਲੀਟੀਕਲ ਪਾਰਟੀਆਂ ਸਹਿਮਤ ਹੋਣਗੀਆਂ ਤਾਂ ਹੀ ਹੋਣਗੀਆਂ ਉਹਦੇ 'ਚ ਬਹੁਤ ਸਾਰੀਆਂ ਰੀਜਨਲ ਪਾਰਟੀਆਂ ਸ਼ਾਇਦ ਉਸ ਗੱਲ 'ਤੇ ਨਾ ਸਹਿਮਤ ਹੋਣ ਕਈ ਰੀਜਨਲ ਪਾਰਟੀਆਂ ਸਹਿਮਤ ਹੋ ਰਹੀਆਂ ਅਕਾਲੀ ਦਲ ਨਹੀਂ ਦੇਖੋ ਉਹੀ ਉਹੀ ਸਹਿਮਤ ਹੋ ਰਹੀਆਂ ਜਿਹੜੀਆਂ ਇਸ ਵੇਲੇ ਬੀਜੇਪੀ ਦੇ ਨਾਲ ਚੱਲ ਰਹੀਆਂ ਨੇ ਜਿਹੜੀਆਂ ਇਸ ਵੇਲੇ ਬੀਜੇਪੀ ਦੇ ਵਿਰੋਧ ਚੱਲ ਰਹੀਆਂ ਨੇ ਸ਼ਾਇਦ ਉਹ ਨਹੀਂ ਸਹਿਮਤੀਆਂ ਪਹਿਲਾਂ ਤਾਂ ਮੈਨੂੰ ਇਹ ਗੱਲ ਦੱਸੋ ਤੁਸੀਂ ਕਿ ਜੇ ਇਹ ਗੱਲ ਸੰਭਵ ਹੈ ਪਹਿਲਾਂ ਇਹ ਸਟੇਟ ਲੈਵਲ 'ਤੇ ਫੈਸਲਾ ਕਰਨਾ ਚਾਹੀਦਾ ਸਟੇਟ ਲੈਵਲ 'ਚ ਹੁਣ ਸਟੇਟ ਵਿੱਚ ਹੀ 15 ਕਿਸਮ ਦੀਆਂ ਚੋਣਾਂ ਹੁੰਦੀਆਂ ਨੇ ਹੈ ਨਾ ਉਹ 'ਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਗਈਆਂ ਉਹ 'ਚ ਕਾਰਪੋਰੇਸ਼ਨ ਦੀਆਂ ਚੋਣਾਂ ਹੋ ਗਈਆਂ ਉਹ 'ਚ ਨਗਰ ਪੰਚਾਇਤਾਂ ਦੀਆਂ ਚੋਣਾਂ ਹੋ ਗਈਆਂ ਉਸ 'ਚ ਮਿਊਂਸਪਲ ਕਮੇਟੀ ਦੀਆਂ ਚੋਣਾਂ ਹੋ ਗਈਆਂ ਬਲਾਕ ਸਭ ਦੀਆਂ ਚੋਣਾਂ ਹੋ ਗਈਆਂ ਫਿਰ ਕੋਪਰੇਟ ਡਿਪਾਰਟਮੈਂਟ ਦੀਆਂ ਬਹੁਤ ਸਾਰੀਆਂ ਚੋਣਾਂ ਹੈਗੀਆਂ ਜੇ ਅਸੀਂ ਆਪਣੀ ਸਟੇਟ ਵਿੱਚ ਹਾਂ ਇਹ ਕੋਈ ਵੀ ਸਟੇਟ ਏ ਬੀ ਸੀ ਡੀ ਸਟੇਟ ਲਾ ਲਓ ਇੰਡੀਆ ਵਿੱਚ ਜੇ ਕੋਈ ਉਹ ਚੋਣਾਂ ਪਹਿਲਾਂ ਆਪਣੀਆਂ ਇੱਕ ਸਮੇਂ ਲਈ ਕਰਾ ਸਕਦੇ ਇਕੱਠੇ ਨਹੀਂ ਕਰ ਸਕਦੇ ਅਤੇ ਜਦੋਂ ਅਸੀਂ 9 ਕਾਰਪੋਰੇਸ਼ਨ ਸਾਡੀਆਂ ਹੁਣ ਉਹਦੀਆਂ 3 ਵਾਰੀ ਚੋਣਾਂ ਹੋ ਜਾਣਗੀਆਂ ਮੇਰਾ ਖਿਆਲ ਸ਼ਾਇਦ ਮੈਨੂੰ ਜਦੋਂ ਲੱਗਦਾ ਪਹਿਲਾਂ ਬਠਿੰਡੇ ਬਠਿੰਡੇ ਦੀ ਹੋਈਆਂ ਨਹੀਂ ਆਹ 4-5 ਦੀਆਂ ਸ਼ਾਇਦ ਹੋਣੀਆਂ 3-4 ਦੀਆਂ ਹੋਣ ਜੇ ਇਹ ਨਹੀਂ ਹੋ ਸਕਦਾ ਪਹਿਲਾਂ ਇਹ ਸਟੇਟ ਲੈਵਲ 'ਤੇ ਐਕਸਪੈਰੀਮੈਂਟ ਕਰਕੇ ਦੇਖਣਾ ਚਾਹੀਦਾ ਕੀ ਇਹ ਸੰਭਵ ਹੈ ਜੇ ਨਹੀਂ ਸੰਭਵ ਜਾਂ ਇਹਦੇ ਵਿੱਚ ਕੀ ਪ੍ਰੈਕਟੀਕਲ ਮਤਲਬ ਮੁਸ਼ਕਲਾਂ ਹੈਗੀਆਂ ਦੂਸਰਾ ਹੈਗਾ ਸੰਵਿਧਾਨ ਦਾ ਤੁਹਾਨੂੰ ਸੰਵਿਧਾਨ ਵੀ ਚੇਂਜ ਕਰਨਾ ਪਏਗਾ ਫਰਜ ਕਰੋ ਕਿ ਕਿਤੇ ਹੰਗ ਅਸੈਂਬਲੀ ਆ ਜਾਂਦੀ ਹੈ ਹੰਗ ਅਸੈਂਬਲੀ ਵਿੱਚ ਕੀ ਹੁੰਦਾ ਹੈ ਕਿ ਫਰਜ ਕਰੋ 10 ਬੰਦੇ ਇੱਕ ਵਾਰੀ ਇੱਕ ਪਾਰਟੀ ਨਾਲ ਲੱਗ ਕੇ ਉਹਨੇ ਸਪੋਰਟ ਕਰਤੀ ਆਊਟਸਾਈਡ ਸਪੋਰਟ ਸਰਕਾਰ ਬਣ ਗਈ 10 ਦਿਨਾਂ ਬਾਅਦ ਉਹਨਾਂ ਨੇ ਸਪੋਰਟ ਵਿਦਡਰਾ ਕਰ ਲਿਆ ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਜਿਵੇਂ ਕਿ ਉੱਥੇ ਦਿੱਲੀ ਵਿੱਚ ਹੋਇਆ ਸੀਗਾ ਪਹਿਲੀ ਜਦੋਂ ਆਪਸ ਦੀ ਸਰਕਾਰ ਬਣੀ ਹੈ ਅਤੇ ਉਹ ਮੁੜ ਕੇ ਸਰਕਾਰ ਟੁੱਟ ਗਈ ਕੀ ਕਰੋਗੇ ਹੈ ਨਾ ਜੀ ਕਿੱਥੇ ਜਾਓਗੇ ਕਾਨਸਟੀਟਿਊਸ਼ਨ ਕਹਿੰਦਾ ਵੀ 6 ਮਹੀਨਿਆਂ ਤੋਂ ਬਾਅਦ ਕੋਈ ਵੀ ਥਾਂ ਜਿਹੜੀ ਹੈਗੀ ਕੋਈ ਵੀ ਸੀਟ ਖਾਲੀ ਨਹੀਂ ਜਿਹੜੀ ਸਕਦੀ ਸਰਕਾਰ ਨਹੀਂ ਮਤਲਬ ਸਰਕਾਰ ਬਣਾਉਣੀ ਜ਼ਰੂਰੀ ਹੈ ਉਹਦੇ ਵਿੱਚ ਜੇ ਤੁਸੀਂ ਬਣਾਉਣਾ ਫਿਰ ਤੁਹਾਨੂੰ ਪਾਰਲੀਮੈਂਟ ਜਾਣਾ ਪਏਗਾ ਉਹਦੀ ਟਰਮ ਵਧਾਉਣੀ ਪਏਗੀ ਕਿ ਅਸੀਂ 6 ਮਹੀਨੇ ਹੋਰ ਨਹੀਂ ਕਰਾਉਂਦੇ ਪ੍ਰੈਜ਼ੀਡੈਂਟ ਰੂਲ ਦੀ ਟਰਮ ਵਧਾਉਣ ਵਾਸਤੇ ਪਾਰਲੀਮੈਂਟ ਬਕਾਇਦਾ ਕਰਦੀ ਹੈ ਹਨ ਉਹ ਮੈਨੂੰ ਲੱਗਦਾ ਕਿ ਇਹ ਗੱਲ ਸਿਆਣੀ ਹੈ ਗੱਲ ਸਿਆਣੀ ਹੈ ਲੋਕਾਂ ਦੇ ਮਨ ਨੂੰ ਢੁਕਦੀ ਹੈ ਬਹੁਤ ਸਾਰੇ ਲੋਕ ਜਿਹੜੇ ਕਾਨਸਟੀਟਿਊਸ਼ਨ ਤੋਂ ਵਾਕਫ ਨਹੀਂ ਜਾਂ ਬਹੁਤ ਸਾਰੇ ਲੋਕ ਜਿਹੜੇ ਲੀਗਲ ਜਾਂ ਪੋਲੀਟੀਕਲ ਐਂਗਲ ਤੋਂ ਵਾਕਫ ਨਹੀਂ ਸ਼ਾਇਦ ਉਹ ਇਸ ਦਾ ਪਿੰਡੂ ਮਤਲਬ ਆਮ ਲੋਕ ਉਹਦਾ ਕਹਿੰਦੇ ਇਹਦਾ ਸਮਰਥਨ ਵੀ ਕਰਨਗੇ ਪਰ ਮੈਨੂੰ ਲੱਗਦਾ ਕਿ ਇਹਦੀਆਂ ਪ੍ਰੈਕਟੀਕਲ ਪ੍ਰੋਬਲਮਾਂ ਹੈਗੀਆਂ ਜਿਹੜੀਆਂ ਕਿ ਸਾਨੂੰ ਪਹਿਲਾਂ ਵਿਚਾਰਨੀਆਂ ਪੈਣੀਆਂ ਉਹਨੂੰ ਦੂਰ ਕਰਨਾ ਅੱਛਾ ਇਹ ਤਾਂ 2/3 ਕਾਂਸਟੀਟਿਊਸ਼ਨ ਦਾ ਬੇਸਿਕ ਸਟਰਕਚਰ ਚੇਂਜ ਕਰਨਾ ਪਏਗਾ ਤੁਸੀਂ ਦੇਖੋ ਇਹ ਬੈਠੇ ਨੇ ਮੇਰੇ ਨਾਲ ਕਹਿੰਦੇ ਖਾਲਸ ਸਾਹਿਬ ਇਹ ਵੀ ਪੋਲੀਟੀਕਲ ਸਾਇੰਸ ਸਟੂਡੈਂਟ ਨੇ ਮੈਂ ਵੀ ਪੋਲੀਟੀਕਲ ਸਾਇੰਸ ਪੜ੍ਹੀ ਹੈ ਅਤੇ ਮੈਨੂੰ ਲੱਗਦਾ ਕਿ ਸਾਨੂੰ ਬੇਸਿਕ ਸਟਰਕਚਰ ਵੀ ਚੇਂਜ ਕਰਨਾ ਪੈ ਗਿਆ ਇਹਦਾ ਬੇਸਿਕ ਸਟਰਕਚਰ ਵਾਰ ਕਪਾਸ ਕਹਿੰਦਾ ਚੇਂਜ ਕਰਨ ਵਾਸਤੇ 2/3 ਮੈਜੋਰਿਟੀ ਚਾਹੀਦੀ ਹੈ ਪਾਰਲੀਮੈਂਟ ਵਿੱਚ ਜਿੰਨਾ ਚਿਰ ਉਹ ਨਹੀਂ ਬਣਦੀ ਉਹਨਾਂ ਚਿਰ ਬਹੁਤ ਹੌਸੇ ਵਿੱਚ ਚਾਹੀਦੀ ਹੈ ਸੋ ਇਹ ਕੁਛ ਪਹਿਲੂ ਹੈਗੇ ਜਿਹੜੇ ਕਿ ਵਿਚਾਰਨਯੋਗ ਨੇ ਮੈਨੂੰ ਥੋੜ੍ਹਾ ਤੁਸੀਂ ਦੱਸ ਦਿਓ ਧਾਰਾ 83, 85, 172, 13-356 ਇਹਨਾਂ ਵਿੱਚ ਸਾਰਾ ਵਿੱਚ ਸੋਧ ਕਰਨ ਦੀ ਜ਼ਰੂਰਤ ਪਵੇਗੀ ਮੁਹੰਮਦ ਖਾਲਿਦ ਦੇਖੋ ਇੰਨਾ ਸੌਖਾ ਲੱਗਦਾ ਪਿਆ ਮੈਂ ਤੁਹਾਨੂੰ ਦੱਸਦਾ ਮੈਂ ਇਸੇ ਕਰਕੇ ਕਹਿਣਾ ਕਿ ਕਨਸਟੀਟਿਊਸ਼ਨਲੀ ਜਾਂ ਸੰਵਿਧਾਨਕ ਰੂਪ ਦੇ ਵਿੱਚ ਜੇ ਆਪਾਂ ਦੇਖੀਏ ਅਤੇ ਜਿਹੜਾ ਜਿਵੇਂ ਕਿ ਧਾਲੀਵਾਲ ਸਾਹਿਬ ਨੇ ਕਿਹਾ ਬੇਸਿਕ ਸਟਰਕਚਰ ਔਰ ਬੇਸਿਕ ਸਟਰਕਚਰ ਜਿਹੜਾ ਹੈਗਾ ਦੈਟ ਇਜ਼ ਲਾਇਬਲ ਟੂ ਬੀ ਚੈਲੇਂਜ ਇਨ ਦਾ ਕੋਰਟ ਆਫ ਲਾਅ ਕਿਉਂਕਿ ਕੋਰਟ
ਜਿਵੇਂ ਕਿ ਫੰਡਾਮੈਂਟਲ ਰਾਈਟਸ ਹੈ ਜਾਂ ਦੂਸਰੀਆਂ ਚੀਜ਼ਾਂ ਹੈਗੀਆਂ, ਅਗਰ ਤੁਸੀਂ ਬੇਸਿਕ ਸਟਰਕਚਰਸ ਕਾਂਸਟੀਟਿਊਸ਼ਨ ਦਾ ਚੇਂਜ ਕਰੋਗੇ ਤਾਂ ਜੁਡੀਸ਼ਰੀ ਇੰਟਰਵਿਊਨ ਕਰੇਗੀ ਕਿ ਭਾਈ ਤੁਸੀਂ ਕਿਵੇਂ ਕਰ ਸਕਦੇ ਹੋ, ਜਿਹੜਾ ਕਿ ਜਾਂ ਤਾਂ ਤੁਸੀਂ ਇਹ ਹੈਗਾ ਵੀ ਸੰਵਿਧਾਨ ਨੂੰ ਪੂਰਾ ਓਵਰਹਾਲ ਕਰਨਾ ਜੀ, ਉਹ ਤਾਂ ਇੱਕ ਡਿਫਰੈਂਟ ਇਸ਼ੂ ਹੈ, ਉਹਦੇ ਵਾਸਤੇ ਵੀ ਉਹ ਇੱਕ ਬੜਾ ਟਾਲ ਆਰਡਰ ਹੈ। ਲੇਕਿਨ ਮੈਂ ਦੁਬਾਰਾ ਉਸੇ ਗੱਲ 'ਤੇ ਕਹਾਂਗੇ, ਮੈਂ ਬਿਲਕੁਲ ਇਸ ਚੀਜ਼ ਨਾਲ ਸਹਿਮਤ ਹਾਂ ਕਿ ਸਟੇਟ ਲੈਵਲ 'ਤੇ ਤੁਸੀਂ ਐਕਸਪੈਰੀਮੈਂਟ ਕਰਕੇ ਦੇਖੋਗੇ ਜੀ, ਸਟੇਟਾਂ ਦੇ ਵਿੱਚ ਸਾਰੀਆਂ ਚੋਣਾਂ ਇਕੱਠੀਆਂ ਹੋਣਗੀਆਂ, ਦੈਟ ਇਜ਼ ਨੋਟ ਪੋਸੀਬਲ, ਈਵਨ ਦੈਟ ਇਜ਼ ਨੋਟ ਪੋਸੀਬਲ, ਵਟ ਟੂ ਟਾਕ ਅਬਾਊਟ ਦਾ ਇੰਟਾਇਰ ਕੰਟਰੀ, ਉਹ ਤਾਂ ਪੋਸੀਬਲ ਹੈ ਹੀ ਨਹੀਂ। ਦੇਖੋ ਆਪਾਂ ਪੋਲੀਟੀਕਲੀ ਕੋਈ ਮਰਜ਼ੀ ਪੋਜੀਸ਼ਨ ਲੈ ਲਈਏ, ਦੈਟਸ ਅ ਡਿਫਰੈਂਟ ਇਸ਼ੂ, ਲੇਕਿਨ ਪ੍ਰੈਕਟੀਕਲੀ ਕਾਂਸਟੀਟਿਊਸ਼ਨਲੀ ਅਗਰ ਆਪਾਂ ਦੇਖੀਏ, ਮੈਨੂੰ ਪ੍ਰੈਕਟੀਕਲੀ ਇਹ ਚੀਜ਼ ਪੋਸੀਬਿਲਿਟੀ ਪੱਕੋ ਵੀ ਨਹੀਂ ਪ੍ਰੈਕਟੀਕਲ ਲੱਗਦਾ ਪਿਆ, ਮੈਨੂੰ ਇਨਫਰਾਸਟ੍ਰਕਚਰ ਵੱਲੋਂ ਵੀ ਪੋਸੀਬਿਲਿਟੀ ਨਹੀਂ ਲੱਗਦਾ, ਪੋਲੀਟੀਕਲੀ ਵੀ ਇਹ ਚੀਜ਼, ਰੀਜਨਲ ਪਾਰਟੀਜ਼ ਜਿਹੜੀਆਂ ਹੈਗੀਆਂ ਉਹ ਤਾਂ ਰੱਜ ਕੇ ਆਪੋਜੀਸ਼ਨ ਕਰਨਗੀਆਂ, ਖਾਸ ਤੌਰ ਪਰ ਸਾਊਥ ਦੀਆਂ ਔਰ ਵੈਸਟ ਬੰਗਾਲ ਦੀਆਂ ਜਾਂ ਹੋਰ, ਉਹ ਤਾਂ ਦੇ ਵਿਲ ਨੈਵਰ ਐਗਰੀ ਟੂ ਦਿਸ। ਠੀਕ ਹੈ ਚੰਜੀ ਬਰਾੜ, ਤੁਸੀਂ ਨਾ ਨਾ ਕਿਉਂ ਕਰੀ ਜਾਂਦੇ ਸੀ ਮੁਹੰਮਦ ਖਾਲੀ? ਮੈਂ ਨਾ ਜਿਹੜੀਆਂ ਗੱਲਾਂ ਮੈਂ ਸੁਣ ਰਿਹਾ ਸੀ, ਗੱਲਾਂ ਇਹਨਾਂ ਸਾਰੀਆਂ ਸਹੀ ਹੈ, ਪਰ ਜੇ ਮੰਨ ਲਓ ਮੋਦੀ ਸਾਹਿਬ ਦੀ ਸਰਕਾਰ ਇਸ ਪੁਆਇੰਟ 'ਤੇ ਆਉਂਦੀ ਹੈ ਕਿ ਅਸੀਂ ਇਕੱਠੀਆਂ ਇਹ ਕਰਾਉਣੀਆਂ, ਤਾਂ ਜਿਹੜੀਆਂ ਅਮੈਂਡਮੈਂਟ ਹੈ ਜੇ ਉਹਨਾਂ ਕੋਲ ਜਦੋਂ ਬਹੁਮਤ ਹੋਊਗਾ ਜਾਂ ਟੂ ਥਰਡ ਮੈਜੋਰਟੀ ਵਾਲੀ ਗੱਲ ਹੋਊਗੀ ਤਾਂ ਫਿਰ ਉਹ ਅਮੈਂਡਮੈਂਟ ਵੀ ਨਾਲ ਦੀ ਨਾਲ ਹੀ ਹੋ ਜਾਣੀਆਂ, ਕੁਦਰਤੀ ਗੱਲ ਹੈ ਨਾ। ਕਿ ਜੇ ਮੰਨ ਲਓ ਜਿਵੇਂ ਇਹਨਾਂ ਨੇ ਕਿਹਾ ਕਿ ਜੇ ਉਹ ਵਿਦਡਰਾਅ ਕਰ ਲੈਣਗੇ ਸਪੋਰਟ, ਤੇ ਜੇ ਕਿਸੇ ਕੋਲ ਦੂਜੀ ਧਿਰ ਕੋਲੇ ਬਣਨਗੇ ਤਾਂ ਬਣ ਜੂਗੀ, ਤੇ ਨਹੀਂ ਫਿਰ ਕੋਈ ਉਹੋ ਜਿਹੀ ਅਮੈਂਡਮੈਂਟ ਲਿਆਂਦੀ ਜਾਊਗੀ ਕਿ 6 ਮਹੀਨੇ ਜਿਹੜਾ ਕੋਈ ਅੜ ਜੂਗਾ। ਅਰਵਿੰਦ ਕੇਜਰੀਵਾਲ ਅੜ ਗਏ ਸੀਗੇ, ਜੇ ਕੋਈ ਅੜ ਜੂ ਫਿਰ ਕੀ ਕਰੋਗੇ ਤੁਸੀਂ? ਮੇਰੀ ਤੇ ਫਿਰ ਗਵਰਨਰ ਸਾਹਿਬ ਬੈਠੇ ਆ ਨਾ, ਗਵਰਨਰ ਆਪੇ ਸਹਿਮਤੀ ਕਰ ਲੈਣਗੇ ਐਮਐਲਏ ਜਦੋਂ ਪਤਾ ਲੱਗ ਗਿਆ ਹੋਵੇ। ਦੇਖੋ ਰਾਜ ਸਾਹਿਬ ਇਦਾਂ ਹੈਗਾ, ਰੂਲ ਅਮੈਂਡ ਹੀ ਹੋਣਗੇ ਨਾ ਜੀ, ਇਹ ਤਾਂ ਹੈ ਨਹੀਂ ਨਾ ਵੀ ਇਹ ਕੋਈ ਵੀ ਰੱਬ ਦਾ ਹੁਕਮ ਆਉਣਾ ਤਾਂ ਨਹੀਂ ਇਹ ਗੱਲ, ਤਾਂ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਦੀ ਗੱਲ ਹੈ ਤੇ ਅਮੈਂਡਮੈਂਟ ਹੋ ਜਾਣਗੀਆਂ ਕਿ 5 ਸਾਲਾਂ ਦੇ ਲਈ ਐਮਐਲਏ ਚੁਣੇ ਗਏ ਆ, ਜੀ ਤੋਂ ਪੂਰੇ ਹੁੰਦੇ ਆ ਉਹ ਬਣਾ ਲਓ, ਤੇ ਜੇ ਲੜਦੇ ਆ ਭਾਈ ਤੇ ਗਵਰਨਰ ਸਾਹਿਬ ਬੈਠੇ ਸਰਕਾਰ ਚਲਾਉਣ ਨੂੰ ਫਿਰ ਕਿਹੜੀ ਗੱਲ ਹੈ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਜਿਹੜੀਆਂ ਗੱਲਾਂ ਹੈਗੀਆਂ, ਗੱਲ ਇਕੱਲੇ ਕਾਨੂੰਨ ਦੇ ਵਿੱਚ ਜਿਹੜੀ ਅਮੈਂਡਮੈਂਟ ਦੀ ਹੈ 2/3 ਦੀ, ਸਿਰਫ ਉੱਥੇ ਨਾ ਕੋਈ ਪੰਗਾ ਅੜ ਜੇ, ਵਰਨਾ ਇਹ ਹੋ ਸਕਦਾ। ਮੈਂ ਪਹਿਲਾਂ ਕਹਿਤਾ ਕਿ ਸਾਡੇ ਵਰਗੀਆਂ ਰੀਜਨਲ ਪਾਰਟੀਆਂ ਨੂੰ ਹੋ ਸਕਦਾ ਕੋਈ ਉਹਦਾ ਖਮਿਆਜ਼ਾ ਵੀ ਭੁਗਤਣਾ ਪਵੇ, ਪਰ ਮੈਂ ਫਿਰ ਕਹੂੰਗਾ ਕਿ ਇਹ ਦੇਸ਼ ਦੇ ਹਿੱਤ 'ਚ ਹੈ ਔਰ ਇਹ ਦੇਸ਼ ਦੇ ਹਿੱਤ ਦੇ ਵਿੱਚ ਹੋਣਾ ਚਾਹੀਦਾ, ਨਹੀਂ ਤਾਂ ਸਾਡਾ ਦੇਸ਼ ਸਾਰਾ ਸਾਲ ਇਲੈਕਸ਼ਨਾਂ 'ਚ ਹੀ ਲੱਗਿਆ ਰਹਿੰਦਾ ਤੇ ਕੋਈ ਡਿਸੀਜਨ ਨਹੀਂ ਹੋ ਸਕਦਾ, ਕੋਈ ਕੰਮ ਨਹੀਂ ਹੋ ਸਕਦਾ। ਤੁਸੀਂ ਵਾਰ ਵਾਰ ਕਹਿੰਦੇ ਸੀਗੇ ਵਿਕਾਸ ਨਹੀਂ ਕਰਨ ਦੇ, ਇਹ ਸਾਡੀਆਂ ਫਾਈਲਾਂ ਉੱਥੇ ਲੁਕੀਆਂ ਰਹਿੰਦੀਆਂ ਹੈਗੀਆਂ, ਫਾਈਲਾਂ ਤੇ ਸਾਈਨ ਨਹੀਂ ਹੁੰਦੇ ਗੇ, ਇਹਨਾਂ ਚੀਜ਼ਾਂ ਨਾਲ ਸਾਈਨ ਹੋਣੇ ਸ਼ੁਰੂ ਹੋ ਜਾਣਗੇ, ਵਿਕਾਸ ਹੋਣਾ ਸ਼ੁਰੂ ਹੋ ਜਾਊਗਾ। ਦਿੱਲੀ 'ਚ ਸਭ ਨੂੰ ਪਤਾ ਹੈ ਕਿ ਐਲ ਜੀ ਜਿਹੜੇ ਹੈਗੇ ਆ, ਕਿਸੇ ਦੀ ਥੋੜ੍ਹੀ ਜਿਹੀ ਪੋਸਟਿੰਗ ਟ੍ਰਾਂਸਫਰ ਵੀ ਕਰਨੀ ਹੈ ਉਹ ਐਲ ਜੀ ਦੇ ਹੱਥ 'ਚ ਹੈ, ਅਸੀਂ ਸਿਰਫ ਰਿਕਮੈਂਡੇਸ਼ਨ ਭੇਜ ਸਕਦੇ ਹਾਂ, ਕਲੀਅਰ ਹੈ। ਹੁਣ ਦੂਜੀ ਗੱਲ ਇਹ ਹੈਗੀ ਹੈ, ਆਪਾਂ ਇਸੇ ਦੀ ਗੱਲ ਕਰੀਏ ਕਿ ਇਹਦੇ ਲੀਗਲ ਤੇ ਪੋਲੀਟੀਕਲ ਪਹਿਲੂ ਕੀ ਕੀ ਨੇ। ਲੀਗਲ ਪਹਿਲੂ ਮੋਸਟਲੀ ਸਾਡੇ ਕੋਲ ਆਪਣੇ ਜਿਹੜੇ ਐਕਸਪਰਟ ਨੇ ਉਹਨਾਂ ਨੇ, ਤੁਸੀਂ ਮੈਨੂੰ ਉਹਦਾ ਜਵਾਬ ਦੇ ਦਿਓ, ਉਹ ਲੀਗਲ ਮੈਂ ਤਾਂ ਸਮਝ ਲੂੰਗਾ, ਤੁਸੀਂ ਮੈਨੂੰ ਉਹਦਾ ਜਵਾਬ ਦੇ ਦਿਓ, ਕੰਮ ਹੋਣੇ ਸ਼ੁਰੂ ਹੋ ਜਾਣਗੇ? ਦੇਖੋ ਤੁਸੀਂ ਵਾਰ ਵਾਰ ਦਿੱਲੀ ਦੇ ਲੋਕਾਂ ਨੂੰ ਇਹ ਗੱਲ ਕਹੀ ਹੈ ਕਿ ਸਾਨੂੰ ਇਹ ਕੰਮ ਨਹੀਂ ਕਰਨ ਦਿੱਤੇ, ਜੋ ਦਿੱਲੀ ਸਰਕਾਰ ਦੇ ਹੱਥ 'ਚ ਹੈ, ਤੁਸੀਂ ਉੱਥੇ ਡਿਵੈਲਪਮੈਂਟ ਦੇਖੀ, ਉਹ ਦਿੱਲੀ 'ਚ ਹੋਈ ਹੈ, ਐਜੂਕੇਸ਼ਨ ਸੈਕਟਰ ਲੈ ਲਿਆ ਚਾਹੇ ਉਹ ਚਾਹੇ ਉਹਨੂੰ ਆਪਣਾ, ਤੁਸੀਂ ਪ੍ਰਾਪਤੀਆਂ ਨਾ ਦੱਸੋ, ਮੈਨੂੰ ਇਹ ਦੱਸੋ ਇਹ ਚੀਜ਼ਾਂ ਜੇ ਹੁੰਦੀਆਂ ਤਾਂ ਆਮ ਆਦਮੀ ਪਾਰਟੀ ਜਿਹੜੇ ਇਲਜ਼ਾਮ ਲਗਾਉਂਦੀ ਸੀ ਉਹ ਮੁੱਕ ਜਾਣਗੇ? ਦੇਖੋ ਦਿੱਲੀ ਜਦੋਂ ਪੂਰਨ ਰਾਜ ਹੈ ਤਾਂ ਉਹਨੂੰ ਅਹੁਦਾ ਮਿਲ ਜਾਏਗਾ ਦਿੱਲੀ ਨੂੰ, ਤਾਂ 101% ਨਹੀਂ ਰਹਿੰਦੀ ਤਦ ਤੱਕ ਉਹ, ਅਦਰਵਾਈਜ਼ ਜਿੱਥੇ ਰਹੀ ਇਕੱਠੇ ਇਲੈਕਸ਼ਨ ਹੋਣ ਦੀ ਗੱਲ, ਇਕੱਲੇ ਦਿੱਲੀ 'ਚ ਨਹੀਂ ਹੋਣੇ, ਉਹ ਪੂਰੇ ਇੰਡੀਆ 'ਚ ਹੋਣੇ ਆ। ਉਹ ਤਾਂ ਯੂਟੀ ਦੀ ਸਮੱਸਿਆ ਵੀ ਹੈਗੀ ਨਾ, ਮੈਨੂੰ ਮੈਂ ਉਹਨਾਂ ਗੱਲਾਂ ਨੂੰ ਐਡਰੈਸ ਕਰਨਾ ਸੀ। ਇਹ ਇਲੈਕਸ਼ਨ ਜਿਹੜੇ ਆ ਇਹ ਪੂਰੇ ਇੰਡੀਆ 'ਚ ਇਲੈਕਸ਼ਨ ਹੋਣੇ, ਜਿਹੜੇ ਇਕੱਠੇ ਹੋਣੇ, ਜਿਹੜਾ ਅਸੀਂ ਸਮਰਥਨ ਵੀ ਕਰਦੇ ਹਾਂ। ਹੁਣ ਮੈਂ ਛੋਟੀ ਜਿਹੀ ਗੱਲ ਕਹਿਣਾ ਚਾਹੁੰਦਾ ਵੀ ਜਿਹੜੀ ਜਿੱਦਾਂ ਧਾਰੀਵਾਲ ਸਾਹਿਬ ਨੇ ਵੀ ਕਹੀ ਹੈ ਤੇ ਜਨਾਬ ਨੇ ਵੀ ਕਹੀ ਹੈ, ਜਿਹੜੇ ਆਪਣੇ ਦੋ ਐਕਸਪਰਟ ਬੈਠੇ ਹੈ, ਕਿ ਲੀਗਲ ਪਹਿਲੂ ਇਹਨਾਂ ਨੇ ਮੋਸਟਲੀ ਡਿਸਕ੍ਰਾਈਬ ਕਰਤੇ ਵੀ ਕੀ ਕੁਛ ਹੈ। ਹੁਣ ਪੋਲੀਟੀਕਲ ਪਹਿਲੂ ਦੀ ਗੱਲ ਆਉਂਦੀ ਹੈ, ਹੁਣ ਕਿਸੇ ਸਟੇਟ 'ਚ ਸਰਕਾਰ ਜਿੱਦਾਂ ਪੋਲੀਟੀਕਲ ਪਾਰਟੀਆਂ ਕਾਂਗਰਸ ਹੈ, ਬੀਜੇਪੀ ਹੈ, ਇਹਨਾਂ ਦੇ ਸ਼ੁਰੂ ਤੋਂ ਹੀ ਹੈ, ਜਦੋਂ ਕਾਂਗਰਸ ਸੈਂਟਰ 'ਚ ਹੁੰਦੀ ਹੈ ਉਹ ਸਰਕਾਰਾਂ ਤੋੜਦੀ ਹੈ ਬੀਜੇਪੀ ਦੇ ਅਤੇ ਹੋਰ ਬਾਕੀ ਪਾਰਟੀ ਦੀਆਂ, ਜਿੱਦਾਂ ਹੁਣ ਮੋਦੀ ਸਰਕਾਰ ਤੋੜਨ ਲੱਗੀ ਹੋਈ ਲੋਕਾਂ ਦੀ ਸਰਕਾਰਾਂ ਤੋੜਦੀ, ਹਾਰਸ ਟ੍ਰੇਡਿੰਗ ਕਰਦੀ ਹੈ ਅਤੇ ਸਰਕਾਰਾਂ ਗੇਰ ਕੇ ਰੀਇਲੈਕਸ਼ਨ ਹੁੰਦੇ ਹੈ, ਉਸ ਪੋਜੀਸ਼ਨ 'ਚ ਹੁਣ ਬਰਾੜ ਸਾਹਿਬ ਵੀ ਕਹਿ ਰਹੇ ਵੀ ਸਪੋਜ਼ ਕਰੋ ਤੁਸੀਂ ਕੁਐਸਚਨ ਕੀਤਾ ਵੀ 6 ਮਹੀਨੇ ਸਰਕਾਰ ਟੁੱਟ ਗਈ, ਉਹ ਕਹਿੰਦੇ ਉੱਥੇ ਗਵਰਨਰ ਰੂਲ ਲੱਗ ਜੂਗਾ, 4.5 ਸਾਲ ਤੱਕ ਗਵਰਨਰ ਰੂਲ ਲਊਗਾ। ਛੋਟੀ ਪੰਚਾਇਤ ਦੀ ਗੱਲ ਕਰ ਦਿੰਦਾ, ਪੰਚਾਇਤ ਦੇ ਵਿੱਚ ਮੈਂਬਰ ਅਲੱਗ ਅਲੱਗ ਹੋ ਜਾਂਦੇ ਆ ਜੀ, ਇੱਕ ਮਿੰਟ ਤੁਸੀਂ ਕੰਪਲੀਟ ਨਹੀਂ, ਮੈਂ ਤੁਹਾਡੀ ਨੂੰ ਕੰਪਲੀਟ ਕਰ ਦਿੰਦਾ, ਮੈਨੂੰ ਪਹਿਲਾਂ ਕੰਪਲੀਟ ਦੇ ਵਿੱਚ ਵਾਪਸ ਲੈਣ ਤੋਂ ਬਾਅਦ ਆਮ ਆਦਮੀ ਪਾਰਟੀ ਫਿਰ ਗੱਲ ਕੋਈ ਸਾਡੀ ਆਵਾਜ਼ ਨਹੀਂ ਸੁਣਦੇ। ਮੈਂ ਸੁਣੂਗਾ, ਮੈਂ ਸਿਰਫ ਉਹੀ ਗੱਲ ਕਹਿਣਾ ਵੀ ਜੇ ਉਹੀ 6 ਮਹੀਨੇ ਵਿੱਚ ਸਰਕਾਰ ਗਿਰ ਜਾਂਦੀ ਹੈ ਤੇ ਸਪੋਜ਼ ਕਰੋ ਇੱਕ ਪਾਸੇ ਕਾਂਗਰਸ ਬੀਜੇਪੀ ਦੀ ਸਰਕਾਰ ਹੈ, ਸਪੋਜ਼ ਕਰੋ, ਠੀਕ ਹੈ ਜੀ, ਔਰ ਦੋਨੇ ਰਲ ਸਕਦੇ ਇਕੱਠੇ, ਨੈਕਸਟ
ਜੇ ਸਪੋਜ਼ ਕਰੋ ਸੈਂਟਰ ਦੀ ਸਰਕਾਰ ਗਿਰ ਜਾਂਦੀ ਹੈ ਫਿਰ ਕੀ ਕਰੋਗੇ? ਜੇ ਸੈਂਟਰ ਸਰਕਾਰ ਗਿਰਦੀ ਹੈ ਕਿ ਸਾਰੇ ਸਟੇਟ ਗਰੰਟੀ ਨਹੀਂ ਦਿੱਤੀ ਜਾ ਸਕਦੀ ਨਾ, ਮਸਲਾ ਇਹ ਆ ਚੰਜੀ ਬਰਾੜ, ਗਰੰਟੀ ਨਹੀਂ ਦਿੱਤੀ ਜਾ ਸਕਦੀ। ਇੱਕ ਬੇਨਤੀ ਹੈ, ਇਹ ਬੜੀ ਇਹ ਤਾਂ ਅਨਪੜ ਬੰਦੇ ਨੂੰ ਪਿੰਡ ਦੀ ਪੰਚਾਇਤ ਬੈਠੇ ਨੂੰ ਪੁੱਛ ਲਓ, ਉਹ ਵੀ ਹੱਲ ਦੱਸ ਦੂਗਾ ਕਿ ਜਿਹੜੀ ਸੈਂਟਰ ਦੀ ਸਰਕਾਰ ਕਹਿੰਦੇ ਆ ਗਿਰਨੀ ਆ ਉਹ ਬਣੂਗੀ ਤਾਂ ਸਹੀ ਨਾ, ਜੇ ਬਣੂਗੀ ਤਾਂ ਹੀ ਗਿਰਨ ਦੀ ਗੱਲ ਆਊਗੀ ਨਾ। ਜਦੋਂ ਉਹ ਬਣ ਹੀ ਗਈ ਤੇ ਜਿਹਨੇ ਵਿਡਰਾ ਕਰਨੀ ਹੈ ਸਪੋਰਟ, ਉਹਨੂੰ ਵੀ ਪਤਾ ਵੀ ਮੈਂ 4.5 ਸਾਲ ਧੱਕੇ ਸੜਕਾਂ ਤੇ ਖੜੇ ਆ, ਮੈਂ ਕਿਉਂ ਖਾਊਂਗਾ? ਇਸ ਕਰਕੇ ਜਦੋਂ ਕਾਨੂੰਨ ਇਹ ਸੱਤਾ ਦਾ ਲਾਲਚ ਹੈ, ਬਹੁਤ ਕੁਝ ਕਰਵਾ ਦਿੰਦਾ, ਲਾਲਚ ਤਾਂ ਮਾਰਾ ਹੀ ਨਾਲ ਲੱਗਿਆ ਰਹੂ। ਜੇ ਲਾਲਚ ਦੂਜੇ ਪਾਸੇ ਵੱਡਾ ਮਿਲੂਗਾ ਤਾਂ ਫਿਰ ਦੂਜੇ ਪਾਸੇ ਵਾਲੇ ਨਾਲ ਬਣ ਜੂ। ਨੋ ਕੌਨਫੀਡੈਂਸ ਜਿਹੜਾ ਆਉਂਦਾ ਉਹ ਨੋ ਕੌਨਫੀਡੈਂਸ ਨਾ ਆਵੇ, ਸਗੋਂ ਦੀ ਇਹ ਆਵੇ ਵੀ ਕੌਨਫੀਡੈਂਸ ਮੋਸ਼ਨ ਆਵੇ। ਜੇ ਦੂਜੇ ਕੋਲੇ ਪੂਰੇ ਹੁੰਦੇ ਤੇ ਉਹ ਲੈ ਕੇ ਆ ਜਾਂਦੇ। ਤੁਸੀਂ ਐਡਮਿਟ ਕਰ ਦਿਓ ਨਾ, ਕਰਪਸ਼ਨ ਵੀ ਵਧੇਗੀ, ਲਾਲਚ ਵੀ ਸਰਕਾਰ ਜੁੜੇ ਰਹੂਗਾ। ਮੁਹੰਮਦ ਖਾਲੀ ਮੈਂ ਇੱਕ ਛੋਟਾ ਬ੍ਰੇਕ ਲਾਂ, ਬ੍ਰੇਕ ਤੋਂ ਪਹਿਲਾਂ ਇੱਕ ਸਵਾਲ ਕਰਨਾ ਚਾਹੁੰਦਾ ਤੁਹਾਨੂੰ, ਇਹਦੇ ਨਾਲ ਚੋਣ ਸੁਧਾਰ ਦਾ ਜਿਹੜਾ ਰਸਤਾ ਹੈਗਾ ਉਹ ਹੋਰ ਸਾਫ਼ ਹੋ ਜਾਊਗਾ? ਅਗਰ ਤੁਸੀਂ ਫੋਰ ਐਗਜ਼ਾਮਪਲ ਸਾਰੇ ਸਟੇਟਾਂ ਦੀ ਔਰ ਸੈਂਟਰ ਦੀ ਇਕੱਠੀ ਇਲੈਕਸ਼ਨ ਹੋ ਜਾਂਦੀ ਹੈ, ਠੀਕ ਹੈ, ਜਿਹੜੀ 5 ਸਾਲ ਵਾਸਤੇ ਜਿਹਦੀ ਵੀ ਸਰਕਾਰ ਆ ਗਈ ਉਹ 5 ਸਾਲ ਵਾਸਤੇ ਬਰੂਟ ਮੈਜੋਰਟੀ ਦੇ ਨਾਲ ਰੂਲ ਕਰੇਗਾ ਔਰ 5 ਸਾਲ ਉਹਨੂੰ ਕੋਈ ਲੋੜ ਨਹੀਂ ਆਪਣੀ ਪਾਪੂਲੈਰਿਟੀ ਟੈਸਟ ਕਰਨ ਦੀ। ਇਸ ਵੇਲੇ ਹਰ ਦੂਜੇ ਦਿਨ ਪੋਲੀਟੀਕਲ ਪਾਰਟੀ ਨੂੰ ਟੈਂਟਰ ਹੁੱਕ ਤੇ ਰਹਿਣਾ ਪੈਂਦਾ ਔਰ ਆਪਣੀ ਪਾਪੂਲੈਰਿਟੀ ਟੈਸਟ ਤੇ ਲਾਉਣੀ ਪੈਂਦੀ ਹੈ ਹਰ ਚੌਥੇ ਦਿਨ ਇਲੈਕਸ਼ਨ ਨਾਲ। ਤੇ ਨੁਕਸਾਨ ਤਾਂ ਨੁਕਸਾਨ ਸੂਬੇ ਦਾ ਤੇ ਦੇਸ਼ ਦਾ ਹੀ ਹੁੰਦਾ ਉਸ ਗੱਲ ਦਾ। ਗੱਲ ਇਹ ਹੈਗੀ ਹੈ ਕਿ ਪਾਰਟੀ ਦਾ ਤਾਂ ਹੁੰਦਾ ਨਹੀਂ ਹੁੰਦਾ, ਸੂਬੇ ਦਾ ਤੇ ਦੇਸ਼ ਦਾ ਹੁੰਦਾ ਨੁਕਸਾਨ। ਇੱਕ ਮਿੰਟ ਬਰਾੜ ਸਾਹਿਬ, ਜੇ ਇਹ ਨੁਕਸਾਨ ਦੀ ਦੇਖਣਾ ਫਿਰ ਤਾਂ ਇਲੈਕਸ਼ਨ ਹੀ ਖਤਮ ਕਰ ਦਿਓ। ਇਲੈਕਸ਼ਨ ਆਪਣੇ ਆਪ 'ਚ ਹੀ ਬੜਾ ਐਕਸਪੈਂਸਿਵ ਪ੍ਰੋਸੈਸ ਹੈ। ਨਹੀਂ ਉਹੀ ਉਸੇ ਇਲੈਕਸ਼ਨ ਕਰਵਾਉਣੇ ਆਪਾਂ ਔਰ ਇਲੈਕਸ਼ਨ ਹੁੰਦਾ ਰਹਿੰਦਾ, ਇਸ ਕਰਕੇ ਮੈਂ ਕਹਿੰਦਾ ਜੀ ਉਹ ਤਾਂ ਤੁਸੀਂ ਕਹਿੰਦੇ ਹੋ ਵਨ ਨੇਸ਼ਨ ਵਨ ਕਲਚਰ ਵੀ ਹੋਣਾ ਚਾਹੀਦਾ, ਵਨ ਨੇਸ਼ਨ ਵਨ ਸਭ ਕੁਝ ਹੋਣਾ ਚਾਹੀਦਾ, ਵਨ ਨੇਸ਼ਨ ਵਨ GST ਹੋਣਾ ਚਾਹੀਦਾ, ਉਹਦਾ ਕੀ ਹਾਲ ਹੋਇਆ ਆਪਾਂ ਸਾਰਿਆਂ ਨੂੰ ਪਤਾ ਨਹੀਂ, ਉਹਦਾ ਸਾਰਾ ਆਪਾਂ ਨੂੰ ਪਤਾ ਹੈ। ਲੇਕਿਨ ਹਰ ਚੀਜ਼ ਵਨ ਵਨ ਕਰਕੇ ਨਾ ਤੁਸੀਂ ਫੈਡਰਲ ਸਟਰਕਚਰ ਨੂੰ ਮੇਰਾ ਕੰਸਰਨ ਇਹੀ ਹੈ। ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ। ਸੰਘੀ ਢਾਂਚੇ ਦੀ ਗੱਲ ਜਿਹੜੀ ਕਰਦੇ ਹੁੰਦੇ ਸੀਗੇ, ਹੁਣ ਸੰਘੀ ਢਾਂਚੇ ਦੀ ਗੱਲ ਕਰਦੇ ਕਿਉਂ ਨਹੀਂ ਪਏਗੇ? ਸਵਾਲ ਇਹ ਵੀ ਹੈਗਾ, ਸੰਘੀ ਢਾਂਚੇ ਲਈ ਮੁਫੀਦ ਹੈਗਾ ਕਿਉਂਕਿ ਸਾਡੇ ਮੁਲਕ ਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ, ਬਹੁਤ ਸਾਰੇ ਸੱਭਿਆਚਾਰ, ਉਹ ਸਾਰੇ ਜਿੰਦਾ ਹੈਗੇ ਆ। ਤੇ ਕੀ ਵਨ ਨੇਸ਼ਨ ਵਨ ਟੈਕਸ, ਵਨ ਨੇਸ਼ਨ ਵਨ ਇਲੈਕਸ਼ਨ, ਇਹ ਸਾਰੀਆਂ ਚੀਜ਼ਾਂ ਇੱਥੇ ਸੰਭਵ ਹੈਗੀਆਂ, ਜ਼ਮੀਨ 'ਤੇ ਉਤਰ ਸਕਦੀਆਂ, ਚਰਚਾ ਇਹੀ ਹੈਗੀ ਹੈ। BJP ਕਹਿੰਦੀ ਹੈ ਬਿਲਕੁਲ ਹਰ ਗੱਲ 'ਤੇ ਬਿਲਕੁਲ ਕਹੀ ਜਾਂਦੇ ਇਹ। ਬ੍ਰੇਕ ਤੋਂ ਵਾਪਸ ਆਵਾਂਗੇ, ਤੁਹਾਡੇ ਲਈ ਬਿਲਕੁਲ ਹੈਗਾ ਕਿ ਨਹੀਂ ਹੈਗਾ ਇਹ, ਇਕੱਠੀਆਂ ਚੋਣਾਂ ਲਈ ਕੌਣ ਤਿਆਰ ਆ? ਬ੍ਰੇਕ ਤੋਂ ਬਾਅਦ ਵਾਪਸ ਆ ਕੇ ਇਹੀ ਸਵਾਲ ਕਰਨਾ। ਇਕੱਠੀਆਂ ਚੋਣਾਂ ਜਮਹੂਰੀ ਮੁਲਕ ਦੇ ਸੰਘੀ ਢਾਂਚੇ ਲਈ ਕਿੰਨੀ ਮੁਫੀਦ ਹੈਗੀ? ਸਰਬਜੀਤ ਧਾਲੀਵਾਲ ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ ਕਿ 4500 ਕਰੋੜ ਰੁਪਏ ਦੀ ਬੱਚਤ ਹੋ ਜਾਵੇਗੀ, 2000 ਕਰੋੜ ਦੀਆਂ ਮਸ਼ੀਨਾਂ ਇੱਕ ਵਾਰੀ ਆਉਣਗੀਆਂ, ਉਹ 15 ਸਾਲ ਚੱਲਦੀਆਂ ਹੈਗੀਆਂ, ਉਸ ਤੋਂ ਬਾਅਦ 3-4 ਇਲੈਕਸ਼ਨ ਉਹਦੇ ਨਾਲ ਨਿਕਲ ਜਾਂਦੇ ਹੈਗੇ, ਉਸ ਤੋਂ ਬਾਅਦ ਨਵੀਆਂ ਮਸ਼ੀਨਾਂ ਲਿਆਉਣੀਆਂ ਪੈਣਗੀਆਂ, ਉਹ ਪਹਿਲੀ ਵਾਰੀ ਖਰਚਾ ਆਊਗਾ, ਉਦੋਂ ਬਾਅਦ ਉਸ ਖਰਚੇ 'ਤੇ ਵੀ ਕੰਟਰੋਲ ਹੋ ਜੂਗਾ। ਸਿਕਿਉਰਟੀ ਫੋਰਸਸ ਆ ਜਿਹੜੀਆਂ ਅਸੀਂ ਉਹਨਾਂ ਨੂੰ ਵੀ ਉਸ ਤਰੀਕੇ ਨਾਲ ਅਸਟੈਬਲਿਸ਼ ਕਰ ਲਵਾਂਗੇ ਕਿ ਉਹ ਜਿਹੜੇ ਸਰਹੱਦੀ ਸੂਬੇ ਹੈਗੇ ਉੱਥੇ ਵੀ ਲਾ ਲਾਂਗੇ। ਇਸ ਦੇ ਨਾਲ ਇੱਕ ਗੱਲ ਹੋਰ ਕਹੀ ਜਾ ਰਹੀ ਹੈਗੀ ਹੈ ਕਿ ਜਿਹੜੇ ਲੋਕ 2 ਥਾਵਾਂ 'ਤੇ ਵੋਟ ਪਾਉਣ ਜਾਂਦੇ ਹੈਗੇ ਉਹਨਾਂ 'ਤੇ ਲਗਾਮ ਲੱਗ ਜਾਏਗੀ, ਫਿਰ ਇੱਕੋ ਥਾਂ ਵੋਟ ਪਾਉਣਗੇ, ਇਹ ਚੋਣ ਸੁਧਾਰ ਵੱਲ ਬਹੁਤ ਵੱਡਾ ਕਦਮ ਹੈਗਾ। ਸਰਬਜੀਤ ਧਾਲੀਵਾਲ, ਤੁਹਾਨੂੰ ਇਹ ਵੱਡਾ ਕਦਮ ਕਿਉਂ ਨਹੀਂ ਲੱਗਦਾ? ਦੇਖੋ, ਜਿਸ ਤੱਕ ਦੇਖਣ ਦੀ ਗੱਲ ਹੈ ਜਾਂ ਜਿਸ ਤੱਕ ਗੱਲ ਕਹਿਣ ਦੀ ਹੈ, ਉਹ ਬਿਲਕੁਲ ਠੀਕ ਲੱਗਦਾ ਕਿ ਬਹੁਤ ਅੱਛਾ ਕਨਸੈਪਟ ਹੈ, ਇਹਨੂੰ ਐਕਸੈਪਟ ਕਰ ਲੈਣਾ ਚਾਹੀਦਾ, ਸਾਰੇ ਬੰਦੇ ਇਹਦੇ ਨਾਲ ਸਹਿਮਤ ਹੋਣਗੇ, ਖਰਚਾ ਘਟੇਗਾ, ਇਹ ਬਿਲਕੁਲ ਪ੍ਰੈਕਟੀਕਲ ਗੱਲਾਂ ਹੈਗੀਆਂ, ਖਰਚਾ ਘਟੇਗਾ, ਵੋਟਾਂ ਪੈਣਗੀਆਂ, ਸਭ ਕੁਝ ਹੋਏਗਾ। ਪਰ ਮੈਨੂੰ ਇਹ ਦੱਸੋ ਵੀ ਫਰਜ ਕਰੋ ਕਿ ਇੱਕ ਇਹ ਸੂਬਾ ਹੈਗਾ ਉਹਦੇ ਵਿੱਚ ਸਰਕਾਰ ਟੁੱਟ ਗਈ ਹੈ, ਫਿਰ ਆਪਾਂ ਕਹਿੰਦੇ ਹਾਂ ਕਿ ਦੂਸਰੀ ਪਾਰਟੀ ਸਪੋਰਟ ਕਰੇ, ਦੂਸਰੀ ਪਾਰਟੀ ਬਾਹਰੋਂ ਸਪੋਰਟ ਕਰਦੀ ਹੈ, ਉਹ ਤਾਂ ਪਹਿਲਾਂ ਗਾਲਾਂ ਦੇ ਕੇ ਆਈ ਉਹਨੂੰ। ਜਦੋਂ ਦੂਜੀ ਪਾਰਟੀ ਦੇ MLA ਚੁਣੇ ਜਾਂਦੇ ਨੇ ਤਾਂ ਇੱਕ 2 ਪਾਰਟੀਆਂ ਜਦੋਂ ਚੋਣ ਲੜਦੀਆਂ, 3 ਪਾਰਟੀਆਂ ਚੋਣ ਲੜੀਆਂ, 3-4 ਲੜਦੀਆਂ, ਉਹ ਆਪਸ 'ਚ ਗਾਲੀ ਗਲੋਚ ਹੋ ਕੇ ਆਉਂਦੀਆਂ ਪਹਿਲਾਂ ਇਲੈਕਸ਼ਨ 'ਚ, ਤਾਂ ਮੁੜ ਕੇ ਆਪਾਂ ਜੋ ਕਹਿੰਦੇ ਉਹ ਇਕੱਠੇ ਬਹਿ ਜਾਣ, ਹੁਣ ਇਹ ਪੋਸੀਬਲ ਹੈ? ਉਹਨਾਂ ਦੇ ਮੈਨੀਫੈਸਟੋ ਵੱਖਰੇ ਵੱਖਰੇ ਹੁੰਦੇ ਨੇ, ਉਹਨਾਂ ਦੀ ਆਈਡਿਆਲੋਜੀ ਵੱਖਰੀ ਵੱਖਰੀ ਹੁੰਦੀ ਹੈ, ਉਹ ਕਿਵੇਂ ਇਕੱਠੇ ਹੋ ਸਕਦੇ ਹਨ? ਜੇ ਉਹ ਇਕੱਠੇ ਹੁੰਦੇ ਤਾਂ ਲੋਕਾਂ ਨਾਲ ਧੋਖਾ ਹੋਏਗਾ। ਫਰਜ ਕਰੋ ਜਿਵੇਂ ਕਿ ਆਪਣਾ, ਮੈਂ ਇੱਕ ਉਦਾਹਰਨ ਦੇਣੀ ਚਾਹਾਂ ਤੁਹਾਨੂੰ, ਬਿਹਾਰ ਦੀ ਉਦਾਹਰਨ ਦਿੰਦਾ, ਲਾਲੂ ਪ੍ਰਸ਼ਾਦ ਯਾਦਵ ਅਤੇ ਕਹਿੰਦੇ ਆਪਣਾ ਜਿਹੜੇ ਕਹਿੰਦੇ ਨਿਤੀਸ਼ ਕੁਮਾਰ, ਉਹ ਇਕੱਠੇ ਲੜ ਕੇ ਆਏ, ਉਹਨਾਂ ਚੋਣ ਮੈਨੀਫੈਸਟੋ ਕਾਨਵੀਨੀਅਨ ਪਰਾਉਣ ਇੱਕ ਸੀਗਾ, ਠੀਕ ਹੈ ਜੀ। ਉਸ ਤੋਂ ਬਾਅਦ ਉਹ ਕਹਿੰਦੇ ਦੂਜੇ ਪਾਸੇ ਚਲੇ ਗਏ, ਹੁਣ ਕਹਿੰਦੇ ਉਹਨਾਂ ਨੇ ਉਹ ਤਾਂ ਕੱਢਤੇ ਨੇ ਅਤੇ ਉਹ ਚਲੇ ਗਏ ਨੇ। ਉਦੋਂ ਪਹਿਲਾਂ ਨਿਤੀਸ਼ ਕੁਮਾਰ ਉਹਨੂੰ ਗਾਲਾਂ ਦੇ ਕੇ BJP ਨੂੰ ਗਾਲਾਂ ਦਿੰਦੇ ਸੀਗੇ ਕਿ ਬਹੁਤ ਮਾੜੀ ਪਾਰਟੀ ਹੈ ਜੀ, ਇਹਨੇ ਤਾਂ ਆਹ ਕਰਤਾ ਇਹ ਆਹ ਕਰਤਾ, ਹੁਣ ਉਹ ਇਕੱਠੇ ਹੋ ਗਏ, ਕਿਹਨਾਂ ਨਾਲ ਧੋਖਾ ਜੀ ਇਹ? ਵੋਟਰਾਂ ਨਾਲ ਧੋਖਾ ਨਹੀਂ, ਵੋਟਰ ਨੇ ਨਿਤੀਸ਼ ਕੁਮਾਰ ਨੂੰ ਹੋਰ ਏਜੰਡੇ ਦੇ ਵੋਟਾਂ ਪਾਈਆਂ ਸੀਗੀਆਂ, ਨਾ BJP ਨੂੰ ਹੋਰ ਏਜੰਡੇ ਦੇ ਵੋਟਾਂ ਪਾਈਆਂ ਸੀਗੀਆਂ, ਅਤੇ ਲੋਕਾਂ ਨਾਲ ਧੋਖਾ ਹੋਇਆ। ਨੰਬਰ 2 ਐਂਟੀ ਪਾਰਟੀ ਐਕਟ ਲੱਗ ਜਾਏਗਾ, ਜਿਹੜਾ ਬੰਦਾ ਨਹੀਂ ਮੰਨੇਗਾ ਉਹ ਤਾਂ ਐਂਟੀ ਪ੍ਰੋਟੈਕਸ਼ਨ ਲੱਗ ਜਾਏ। ਫਰਜ਼ ਕਰੋ ਕਿ ਉਹਨਾਂ ਨੇ ਸ਼ਰਦ ਕੀ ਆਪਣਾ ਯਾਦਵ ਨੂੰ ਪਾਰਟੀ ਜੋ ਉਹਦੇ ਰਾਜ ਸਭਾ ਦੀ ਸੀਟ
ਉਹ ਪ੍ਰਧਾਨ ਪਾਰਟੀ ਦਾ ਪ੍ਰਧਾਨ ਸੀਗਾ, ਉਹਨੇ ਬੀਜੇਪੀ ਨਾਲ ਸਮਝੌਤਾ ਕਰ ਲਿਆ ਜਿਹਦੀ ਪਾਰਟੀ ਦੇ ਵਿਰੁੱਧ ਬੋਲਦਾ ਸੀਗਾ, ਐਂਟੀ ਪਾਰਟੀ ਸ਼ਰਦ ਯਾਦਵ ਨਹੀਂ ਸੀ। ਤੁਸੀਂ ਲੀਗਲੀ ਐਗਜ਼ਾਮਿਨ ਕਰੋ ਇਸ ਗੱਲ ਨੂੰ ਕਿ ਕੱਢਤਾ ਉਹਨੂੰ, ਰਾਜ ਸਭਾ ਦੀ ਉਹਦੀ ਮੈਂਬਰਸ਼ਿਪ ਕਢਵਾ ਤੀ ਨਾ, ਉਹ ਐਂਟੀ ਪਾਰਟੀ ਕਰਕੇ ਕਿ ਵੀ ਐਂਟੀ ਪਾਰਟੀ ਐਕਟਿਵ ਕਰਕੇ ਕਢਵਾਈ ਹੈ ਨਾ ਉਹਨੇ ਰਾਸ਼ਟਰਪਤੀ। ਤੁਸੀਂ ਲੀਗਲੀ ਸੋਚੋ ਇਸ ਗੱਲ ਨੂੰ ਕਿ ਐਂਟੀ ਪਾਰਟੀ ਐਕਟੀਵਿਟੀ ਨਤੀਸ਼ ਕੁਮਾਰ ਸ਼ਾਮਲ ਸੀਗਾ, ਨਤੀਸ਼ ਕੁਮਾਰ ਸੀਗਾ, ਪਰ ਇਲੈਕਟ ਲਾ ਕੇ ਦੂਜੇ ਬੰਦੇ 'ਤੇ, ਸ਼ਰਦ ਯਾਦਵ 'ਤੇ। ਸ਼ਰਦ ਯਾਦਵ ਤਾਂ ਉੱਥੇ ਹੀ ਖੜ੍ਹਾ ਨਾ, ਸ਼ਰਦ ਯਾਦਵ ਜਨਤਾ ਪਾਰਟੀ ਦੀ ਜਨਤਾ ਦਲ ਦੀ ਰੈਲੀ ਨਾਲ ਖੜ੍ਹਾ ਹੈ, ਜਿਸ ਜਿੱਥੇ ਉਹ ਖੜ੍ਹਾ ਸੀ ਉੱਥੇ ਹੀ ਖੜ੍ਹਾ ਹੈ। ਨਤੀਸ਼ ਕੁਮਾਰ ਨੇ ਆਪਣਾ ਪਾਲਾ ਬਦਲਿਆ, ਹੈ ਨਾ। ਤੁਸੀਂ ਇਹ ਗੱਲਾਂ ਸੋਚਣ ਵਾਲੀਆਂ ਸਾਰੀਆਂ ਸੋਚਣੀਆਂ ਪੈਣਗੀਆਂ, ਅਤੇ ਸਾਰੇ ਲੀਗਲ ਐਂਗਲ ਲੱਗਣੇ ਪੈਣਗੇ। ਬਾਕੀ ਅਪੀਅਰੈਂਟਲੀ ਦੇਖਣ ਨੂੰ ਇਹ ਕਨਸੈਪਟ ਦੇਖਣ ਨੂੰ ਵਧੀਆ ਲੱਗਦਾ, ਦੇਖਣ ਨੂੰ ਬਹੁਤ ਵਧੀਆ ਇਹਦੇ 'ਚ। ਦੇਖੋ ਜੇ ਕੋਈ ਇਸ ਦਾ ਹੱਲ ਤੁਹਾਨੂੰ ਐਂ ਤਾਂ ਲੱਗਦਾ ਪਿਆ, ਮਾਰਕੀਟਿੰਗ ਤਾਂ ਨਹੀਂ ਹੋ ਰਹੀ ਇਸ ਮੁੱਦੇ? ਨਹੀਂ, ਮਾਰਕੀਟਿੰਗ ਨਹੀਂ, ਇੱਕ ਆਈਡੀਆ ਫਲੋਟ ਹੋਇਆ। ਅੱਛਾ, ਆਈਡੀਆ 'ਤੇ ਬਹਿਸ ਹੋਏਗੀ, ਕੋਈ ਵੀ ਆਈਡੀਆ ਜਦੋਂ ਫਲੋਟ ਹੁੰਦਾ ਉਹ 'ਤੇ ਬਹਿਸ ਹੁੰਦੀ ਹੈ। ਚੰਗੀ ਸੋਚ ਲੱਗਦੀ ਵੀ ਉਹਦੇ ਮਾੜੀ ਸੋਚ ਲੱਗਦੀ ਵੀ ਤੁਹਾਨੂੰ? ਨਹੀਂ, ਸੋਚ ਚੰਗੀ ਹੈ, ਸੋਚ ਦੇ ਸੋਚ ਮਾੜੀ ਨਹੀਂ ਬਿਲਕੁਲ। ਜੇ ਖਰਚਾ ਘੱਟਦਾ, ਬਾਰ ਬਾਰ ਚੋਣਾਂ ਹੁਣ ਤੋਂ ਬਚਦੀਆਂ ਨੇ, ਲੋਕਾਂ ਦਾ ਟਾਈਮ ਜਿਹੜਾ ਵੇਸਟ ਹੁੰਦਾ ਉਹ ਘੱਟਦਾ ਹੈ ਨਾ, ਇੱਕ ਖਾਮ ਖਾਹ ਦੀ ਬਿਟਰਨੈਸ ਜਿਹੜੀ ਕ੍ਰੀਏਟ ਹੁੰਦੀ ਆ ਉਹ ਘਟੇਗੀ। 4-5 ਸਾਲਾਂ ਬਾਅਦ ਚੋਣਾਂ ਹੋਣਗੀਆਂ, ਇਹਦੇ ਬਹੁਤ ਸਾਰੇ ਗੁੱਡ ਪਹਿਲੂ ਨੇ, ਜਿਹੜੇ ਅੱਛੇ ਪਹਿਲੂ ਨੇ, ਪਰ ਪ੍ਰੈਕਟੀਕਲ ਪ੍ਰੋਬਲਮ ਹੈਗੀਆਂ ਨਾ। ਤੁਹਾਨੂੰ ਇਹ ਗੁੱਡ ਆਈਡੀਆ ਕੌਣ ਦੇ ਰਿਹਾ? ਦੇਖੋ ਜੀ, ਹੁਣ ਤੁਸੀਂ ਕਹਿੰਦੇ ਹੋ ਕਿ ਸਾਨੂੰ ਗੁੱਡ ਆਈਡੀਆ ਕੌਣ ਦਿੰਦਾ ਹੈ? ਹੁਣ ਮੈਂ ਆਪਣੇ ਆਮ ਪਾਰਟੀ ਦੇ ਦੋਸਤ ਨਾਲ ਕਮੈਂਟ ਸੁਣ ਰਿਹਾ ਸੀ ਆਊਟ ਆਫ ਦਾ ਕੰਟੈਕਸਟ, ਕਿ ਕੰਟਰੀ ਦਾ ਭੱਠਾ ਬਣਾਤਾ GST ਲਾ ਕੇ, ਨੋਟਬੰਦੀ ਕਰਕੇ। ਆਪ ਮੇਰੀ ਪਾਰਟੀ ਨਰਿੰਦਰ ਭਾਈ ਮੋਦੀ ਜੀ ਦੇ ਨੇਤਰਤਵ ਵਿੱਚ ਸਾਡਾ ਸੈਂਟਰ ਹੈ ਨੇਸ਼ਨ। ਨੇਸ਼ਨ ਦੇ ਵਾਸਤੇ ਮੈਂ ਆਪ ਜੀ ਦਾ ਧਿਆਨ ਦਿਲਾਉਣਾ ਚਾਹੁੰਦਾ ਕਿ ਜਦੋਂ GST ਲੱਗਿਆ, ਜੋ ਕਹਿੰਦੇ ਸੀ ਕਿ ਲੋਕ ਇਹ ਸਾਰੀ ਪਾਰਟੀਆਂ ਕਹਿੰਦੇ ਨਾ ਜੀ ਨਾ GST ਲੱਗ ਹੀ ਨਹੀਂ ਸਕਦਾ, ਲੱਗਿਆ। ਸਾਡੇ ਪ੍ਰਧਾਨ ਮੰਤਰੀ ਜੀ ਨੂੰ ਪੁੱਛਿਆ ਇੱਕ ਪੱਤਰਕਾਰ ਨੂੰ ਪ੍ਰੈਸ ਕਾਨਫਰੰਸ ਮੇਂ ਕਿ ਸਾਹਿਬ ਜੀ ਜਿਹਨੇ ਵੀ GST ਲਗਾਇਆ ਉਹ ਸਰਕਾਰ ਰਿਪੀਟ ਨਹੀਂ ਹੁੰਦੀ। ਉਹਨੂੰ ਕਹਿੰਦਾ ਮੇਰੀ ਸਰਕਾਰ ਕੱਲ ਗਿਰਦੀ ਆਜ ਗਿਰ ਜਾਏ, ਨੇਸ਼ਨ ਤਾਂ ਖੜਾ ਹੋ ਜਾਊਗਾ। ਚਲੋ ਠੀਕ ਹੈ। ਜੇ ਤੁਸੀਂ ਨੇਸ਼ਨ ਨੂੰ ਅੱਗੇ ਰੱਖ ਕੇ ਚੱਲਦੇ ਹੈਗੇ ਆ, ਤੇ ਤੁਸੀਂ ਇਹ ਜਿਹੜਾ ਆਈਡੀਆ ਫਲੋਟ ਕੀਤਾ ਹੈਗਾ, ਨੇਸ਼ਨ ਤੋਂ ਰਾਏ ਲੈ ਲਓ ਸਾਰੇ ਤੋਂ। ਮੇਰਾ ਸਵਾਲ ਬੜਾ ਸਿੱਧਾ ਹੈਗਾ, ਮਨ ਕੀ ਬਾਤ ਲਈ ਤੁਸੀਂ ਸਵਾਲ ਲੈ ਸਕਦੇ ਹੋ, ਤੇ ਇਹ ਸਵਾਲ ਵੀ ਲੋਕਾਂ 'ਚ ਰੱਖ ਦੋ ਨਾ, ਲੋਕੀ ਜਵਾਬ ਦੇਣਗੇ। ਤੁਸੀਂ ਵੈਬਸਾਈਟ ਖੋਲ ਦਿਓ ਆਪਣੀ, ਜਿੱਥੇ ਪੋਰਟਲ ਜਿਹੜਾ ਹੈਗਾ ਉਹ ਖੋਲ ਦਿਓ। ਨਾ ਨਾ, ਦੇਖੀਏ ਨਾ, ਇਲੈਕਸ਼ਨ ਤਾਂ ਪੁਲ ਫਿਰ ਲੋਕ ਹੌਲੀ ਸਮਝਾ ਦਾਂਗੇ ਲੋਕਾਂ ਨੂੰ। ਲੋਕਤੰਤਰ ਦੇ ਮੇਲੇ ਵਿੱਚ ਲੋਕਾਂ ਨੇ ਜਾਣਾ ਹੈ। ਨਹੀਂ, ਉਹਨਾਂ ਨੂੰ ਵੀ ਦੱਸੋ ਨਾ ਕੀ ਚੰਗਾ ਹੈ ਕੀ ਮਾੜਾ। KP ਜੀ, ਉਹ ਤਾਂ ਹੁਣ ਦੱਸਿਆ ਕਿ ਲੋਕ ਤਾਂ ਸਹਿਮਤ ਹੋ ਜਾਊਗੇ, ਧਾਰੀਵਾਲ ਸਾਹਿਬ ਨੇ ਦੱਸਿਆ ਉਹਨਾਂ ਕੋਲ ਨਿਟੀਗ੍ਰਿਟੀ ਨਹੀਂ ਪਤਾ, ਬਟ ਇਲੈਕਸ਼ਨ ਤਾਂ ਪੋਲੀਟੀਕਲ ਪਾਰਟੀ ਨੇ ਲੜਨਾ ਹੈ। ਇਲੈਕਸ਼ਨ ਦਾ ਡਿਸੀਜਨ ਕੌਣ ਲੈ ਸਕਦਾ? ਮੋਦੀ ਜੀ ਸਾਰੇ ਨੇਤਾ ਲੈ ਸਕਦਾ ਹੈ, ਹੋਰ ਕੋਈ ਨਹੀਂ ਲੈ ਸਕਦਾ। ਪੋਲੀਟੀਕਲ ਪਾਰਟੀਸ ਨਹੀਂ ਕਰਨੇ ਆ। ਦੇਖੋ, ਮੈਂ ਤਾਂ ਸਾਰੇ ਵਿਚਾਰ ਸੁਣਨ ਤੋਂ ਬਾਅਦ ਮੈਨੂੰ ਤਾਂ ਪੰਜਾਬੀ ਦਾ ਇੱਕ ਮੁਹਾਵਰਾ ਹੈ, ਉਹ ਕਹਿੰਦੇ ਆ ਕਣਕ ਖੇਤ ਕੁੜੀ ਪੇਟ ਆ ਜਵਾਈਆ ਮੰਡੇ ਖਾ, ਇਹ ਉਸ ਤਰ੍ਹਾਂ ਲੱਗਦਾ। ਦੇਖੋ, ਹਜੇ ਇੱਕ ਆਈਡੀਆ ਜਿਹੜਾ ਉਹ ਫਲੋਟ ਹੋਇਆ, ਲਾਲਕ੍ਰਿਸ਼ਨ ਅਡਵਾਨੀ ਹਰੀਆਂ ਦਾ ਸਮਰਥਨ ਕਰ ਚੁੱਕੇ ਹੈ, ਪ੍ਰਣਬ ਮੁਖਰਜੀ ਕਰ ਚੁੱਕੇ ਹੈ, ਸਾਰੇ ਜਿਹੜੇ ਸੰਵਿਧਾਨਕ ਪਹਿਲੂ, ਰਾਜਨੀਤਿਕ ਪਹਿਲੂ ਔਰ ਸੂਬਿਆਂ ਦੇ ਵੱਖਰੇ ਵੱਖਰੇ ਜਿਹੜੇ ਆ ਉਹ ਇਸ਼ੂ, ਤੁਸੀਂ ਮਾਮਲਾ ਕਿੱਥੇ ਅੜਾਉਣਾ? ਅਸੀਂ ਕਿਸੇ ਵੀ ਤਰ੍ਹਾਂ ਦੇ ਇਸ ਮਾਮਲੇ ਨੂੰ ਉਡਾਉਣ ਚ ਨਹੀਂ ਆ, ਜਿਹੜੀਆਂ ਅੜਚਣਾ ਉਹਨਾਂ ਨੂੰ ਦੂਰ ਕਰਨ ਚ ਆ, ਔਰ ਜਿਹੜੀਆਂ ਇਹ ਅੜਚਣਾ ਉਹ ਕੋਈ ਵੀ ਡੀਮੋਨੀਟਾਈਜੇਸ਼ਨ ਦੀ ਰਾਤ ਨੂੰ 8 ਵਜੇ ਜਾਂ ਉਹ ਡਿਕਲੇਰੇਸ਼ਨ ਇੱਕਦਮ ਕਰ ਦੇਣ ਨਾਲੇ ਮੈਨੂੰ ਥੋੜਾ ਜਿਹਾ ਤੁਹਾਡਾ ਡਰ ਜਿਹੜਾ ਨਜ਼ਰ ਆ ਰਿਹਾ। ਤੁਸੀਂ ਇਹ ਸੋਚਦੇ ਹੋ ਕਿ ਰਾਤ ਨੂੰ 8 ਵਜੇ ਕਿਤੇ ਅਨਾਊਂਸਮੈਂਟ ਨਾ ਹੋ ਜਾਵੇ, ਸਵੇਰ ਸਭੀ ਇਲੈਕਸ਼ਨ ਇੱਕ ਸਾਥ ਹੋਗੇ, ਇਹ ਤਾਂ ਨਹੀਂ ਡਰ ਲੱਗਦਾ ਪਿਆ? ਮਿੰਦਾ ਸਾਹਿਬ ਨੂੰ ਦੱਸ ਕੇ ਕਰਦੇ ਡਰ ਹੈ ਹੱਲ ਹੈ। ਚਾਚੀ ਬਰਾੜ ਕਹਿੰਦੇ ਹੋ ਸਕਦਾ, ਤੁਹਾਡੀ ਗੱਲ ਹੋਈ ਆ ਬੀਜੇਪੀ ਨਾਲ, ਉਹੀ ਗੱਲ ਹੈ। ਇੱਕ ਮਿੰਟ ਤਾਂ ਹੀ ਬਰਾੜ ਸਾਹਿਬ, ਇੱਕ ਮਿੰਟ ਤਾਂ ਹੀ ਪੋਲ ਖੋਲ ਰੈਲੀਆਂ ਕਰਦੇ ਪਏ ਤੁਸੀਂ, ਤੁਹਾਨੂੰ ਲੱਗਦਾ ਪਿਆ ਇਹ ਚੀਜ਼ਾਂ ਹੋਣੀਆਂ? ਸਾਡਾ ਦੇਖੋ ਜੀ, ਇਹ ਕਹਿੰਦੇ ਹੋ ਸਕਦਾ ਇਹਨਾਂ ਦੇ ਵਿਚਾਰ ਕੋਲ ਸਾਡਾ ਨਹੀਂ ਹੈ। ਇੱਕ ਨਾ, ਜਦੋਂ ਕੋਈ ਆਪਾਂ ਪਲਾਟ ਖਰੀਦਣ ਜਾਂਦੇ ਆ, ਘਰ ਖਰੀਦਣ ਜਾਂਦੇ ਆ, ਕੋਈ ਜ਼ਮੀਨ ਖਰੀਦਣ ਜਾਂਦੇ, ਇੱਕ ਸਾਈ ਦਿੰਦੇ ਹੁੰਦੇ ਆ, ਉਹ 90,000 ਕਰੋੜ ਦਾ ਕਰਜ਼ਾ ਮਾਫ ਕਰਨ ਦੀ ਹੈ, ਸਾਈ ਵੀ ਤਾਂ ਹੀ ਦੇ ਰਹੇ, ਨਹੀਂ ਤਾਂ ਚੌਥੇ ਸਾਲ ਜਾਗ ਪੈਂਦੀ। ਇਹਨਾਂ ਨੂੰ ਵੀ ਪੂਰੀ ਕੰਟਰੋਲ ਹੈ, ਇਹਨਾਂ ਨੂੰ ਪਤਾ ਇੱਕ ਗੱਲ ਇਦਾਂ ਹੀ ਹੋਣਾ। ਦੂਜੀ ਮੈਂ ਬੇਨਤੀ ਕਰਾਂ,
ਕਿ ਇਹਦੇ 'ਚ ਪਾਰਟੀਆਂ ਦੇ ਹਿੱਤ ਨਾਲੋਂ ਦੇਸ਼ ਦਾ ਹਿੱਤ ਤਾਂ ਵੱਡਾ ਹੈ। ਜੇ ਮੋਦੀ ਸਾਹਿਬ ਨੇ ਇਹ ਕੰਮ ਕਰਨਾ ਹੈ ਤਾਂ ਉਹਦੀ ਯੂਪੀ ਸਰਕਾਰ ਵੀ ਉਹਨਾਂ ਦੀ ਵੀ ਦਾਅ ਤੇ ਲੱਗਣੀ ਹੈ, ਗੁਜਰਾਤ ਸਰਕਾਰ ਭਾਵੇਂ ਮਸਾਂ ਜਿੱਤੀ ਹੈ ਤਾਂ ਵੀ ਉਹ ਵੀ ਦਾਅ ਤੇ ਲੱਗਣੀ ਹੈ। ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਨਾ ਕਿ ਜਨਤਾ ਦਾ ਵੀ ਜਵਾਬ ਲੈਣਾ ਚਾਹੀਦਾ ਹੈ, ਜਦੋਂ 2/3 ਮੈਜੋਰਿਟੀ ਨਾਲ ਉਹ ਪਾਸ ਕਰਾਉਣਗੇ ਨਾ, ਉਹ ਜਨਤਾ ਨੇ ਚੁਣ ਕੇ ਭੇਜੇ ਨੁਮਾਇੰਦੇ ਆ ਤੇ ਜਨਤਾ ਦੀ ਸਾਰੀ ਦੀ ਆਵਾਜ਼ ਦੀ ਖਲਕਤ ਦੀ ਆਵਾਜ਼ ਤੇ ਉਹਨਾਂ ਨੇ ਮੋਹਰ ਲੱਗਣੀ ਹੈ। ਇੱਕ ਪਰ ਚੰਦੀ ਬਰਾੜ ਉਹ ਠੀਕ ਹੈ, ਤੁਸੀਂ ਗੱਲ ਜਿਹੜੀ ਕਰ ਰਹੇ ਹੋ ਜਨਤਾ ਦੇ ਨੁਮਾਇੰਦੇ ਹੈਗੇ, ਪਰ ਤੁਸੀਂ ਵਾਰ ਵਾਰ ਸੰਘੀ ਢਾਂਚੇ ਦੀ ਗੱਲ ਕਰਦੇ ਹੁੰਦੇ ਸੀਗੇ, ਤੁਸੀਂ ਵਾਰ ਵਾਰ ਕਹਿੰਦੇ ਸੀਗੇ ਕੇਂਦਰ ਆ ਜਿਹੜਾ ਸੰਘੀ ਢਾਂਚੇ ਦੀ ਸੰਘੀ ਕੁੱਟ ਰਿਹਾ। ਜਦੋਂ ਅਮੈਂਡਮੈਂਟ ਹੋਣਗੀਆਂ ਉਦੋਂ ਉਸ ਅਮੈਂਡਮੈਂਟਾਂ ਦੇ ਵਿੱਚ ਜਦੋਂ ਪਾਰਟੀਆਂ ਵਿੱਚ ਬਹਿਸ ਕਰਨਗੀਆਂ ਲੋਕ ਸਭਾ ਦੇ ਤਾਂ ਉਹਨਾਂ ਚੀਜ਼ਾਂ ਦੀ ਅਮੈਂਡਮੈਂਟ ਵੀ ਰੱਖੀ ਜਾ ਸਕਦੀ ਹੈ ਕਿ ਆਹ ਜਿਹੜੇ ਹਾਲਾਤ ਹੈਗੇ ਇਹ ਸੂਬਿਆਂ ਦਾ ਖਿਆਲ ਰੱਖਣਾ ਪਊ। ਇੱਕ ਮੰਨ ਲਓ ਨਾ ਰੱਖਿਆ, ਇੰਡੀਪੈਂਡੈਂਟਲੀ ਸਾਰਾ ਕੁਝ ਹੋ ਗਿਆ, ਇੱਕ ਸਰਕਾਰ 100 ਸਾਲ ਲਈ ਠੇਕੇ ਤੇ ਥੋੜੀ ਲਿਖ ਕੇ ਦੇ ਦੇਣੀ ਹੈ, 5 ਸਾਲਾਂ ਬਾਅਦ ਫਿਰ ਵੋਟਾਂ ਪੈਣੀਆਂ ਉਹਨਾਂ ਸੂਬਿਆਂ ਚੋਂ ਜਿਨ੍ਹਾਂ ਸੂਬਿਆਂ ਦੇ ਨਾਲ ਜੇ ਕਿਸੇ ਨਾਲ ਧੱਕਾ ਹੋ ਜਾਊ ਤਾਂ ਉਹਨਾਂ ਚੋਂ ਵੋਟਾਂ ਕਿਵੇਂ ਪੈਣਗੀਆਂ ਦੁਬਾਰੇ ਉਸ ਪਾਰਟੀ ਨੂੰ। ਇਸ ਕਰਕੇ ਸਾਰੀਆਂ ਗੱਲਾਂ ਅਖੀਰ ਤੇ 5 ਸਾਲਾਂ ਬਾਅਦ ਜਦੋਂ ਹਿਸਾਬ ਦੇਣਾ ਤਾਂ ਸਾਰਿਆਂ ਪਾਰਟੀਆਂ ਨੂੰ ਸੂਬਿਆਂ ਦਾ ਵੀ ਲੋਕਾਂ ਦਾ ਵੀ ਸਾਰੇ ਤਰ੍ਹਾਂ ਦੇ ਖਿੱਤਿਆਂ ਦਾ ਖਿਆਲ ਰੱਖ ਕੇ ਚੱਲਣਾ ਹੀ। ਠੀਕ ਹੈ ਮੁਹੰਮਦ ਖਾਲਿਦ, ਚਾਂਜੀ ਬਰਾੜ ਦੇ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਹੈਗੀਆਂ, ਕਿਸੇ ਗੱਲ ਤਾਂ ਕੋਈ ਤੁਹਾਨੂੰ ਚੰਗੀ ਲੱਗੀ ਹੋਊਗੀ ਕੋਈ ਵੀ ਨਹੀਂ ਲੱਗੀ? ਨਹੀਂ ਦੇਖੋ, ਇਹਨਾਂ ਦਾ ਆਪਣਾ ਇੱਕ ਵਿਊ ਪੁਆਇੰਟ ਹੈਗਾ, ਇੱਕ ਪਾਰਟੀ ਦੇ ਪਲੇਟਫਾਰਮ ਤੋਂ ਬੋਲ ਰਹੇ ਹਾਂ, ਲੇਕਿਨ ਮੈਂ ਜਿਹੜੀ ਗੱਲ ਕਹਿ ਰਿਹਾ ਉਹ ਹੈਗਾ ਵੀ ਪ੍ਰੈਕਟੀਕਲੀ ਇਹ ਪੋਸੀਬਲ ਨਹੀਂ ਹੈ ਕਿ ਸਟੇਟਸ ਦੇ ਵਿੱਚ ਅਤੇ ਕੇਂਦਰ ਦੇ ਵਿੱਚ ਇਕੱਠਾ ਇਲੈਕਸ਼ਨ ਕਰਵਾਇਆ ਜਾਵੇ। ਔਰ ਮੈਂ ਦਾਅਵੇ ਨਾਲ ਕਰਨਾ ਕਿ ਅਗਰ ਪੋਲੀਟੀਕਲ ਪਾਰਟੀ ਜਿਹੜੀ ਪਾਵਰ ਦੇ ਵਿੱਚ ਹੈ ਉਹ ਇਹ ਫੈਸਲਾ ਲੈਂਦੀ ਵੀ ਹੈ ਤਾਂ ਵਿਦਇਨ ਦਾ ਪਾਰਟੀ ਕਿੰਨੀ ਜ਼ਿਆਦਾ ਆਪੋਜੀਸ਼ਨ ਹੋਣੀ ਹੈ ਇਹਦੀ, ਉਹ ਇੱਕ ਡਿਫੀਨਿਟ ਇਸ਼ੂ ਹੈਗਾ। ਲੇਕਿਨ ਪ੍ਰੈਕਟੀਕਲੀ, ਥਰੈਟੀਕਲੀ, ਕਾਂਸਟੀਟਿਊਸ਼ਨਲੀ, ਪੋਲੀਟੀਕਲੀ ਮੈਂ ਕਹਿ ਰਿਹਾ ਅੱਜ ਵੀ ਇੰਡੀਆ ਇਸ ਚੀਜ਼ ਵਾਸਤੇ ਤਿਆਰ ਨਹੀਂ ਹੈ। ਅਗਰ ਤੁਸੀਂ ਇਹਨੂੰ ਲਾਗੂ ਕਰਦੇ ਵੀ ਹੋ ਇਹ ਸਿਰਫ ਸ਼ਾਰਟ ਟਾਈਮ ਵਾਸਤੇ ਹੋਏਗਾ, ਉਸ ਤੋਂ ਬਾਅਦ ਦੁਬਾਰਾ ਫਿਰ ਆਪਾਂ ਉੱਥੇ ਆਖੜਾਂਗੇ। ਠੀਕ ਹੈ, ਛੋਟੇ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ। ਇਕੱਠੀਆਂ ਚੋਣਾਂ ਦਾ ਆਈਡੀਆ ਚੰਗਾ ਹੋ ਸਕਦਾ, ਇਹ ਪੈਨਲ ਵੀ ਇਸ ਗੱਲ ਨਾਲ ਇਤਫਾਕ ਰੱਖ ਰਿਹਾ, ਪਰ ਜਿਹੜਾ ਸਾਡਾ ਕੰਸਰਨ ਹੈਗਾ ਇਸ ਮੰਚ ਤੋਂ ਉਹ ਇਹ ਕੰਸਰਨ ਹੈਗਾ ਜਿਹੜੇ ਕੌਮੀ ਮੁੱਦੇ ਆ ਉਹਨਾਂ ਦੀ ਗੱਲ ਜ਼ਿਆਦਾ ਤਾਂ ਨਹੀਂ ਹੋ ਜਾਊਗੀ, ਜਿਹੜੇ ਸਥਾਨਕ ਮੁੱਦੇ ਹੈਗੇ ਕਿਤੇ ਉਹ ਦੱਬ ਤਾਂ ਨਹੀਂ ਜਾਣਗੇ। ਜਿਵੇਂ ਹੁਣ ਸਿਆਸੀ ਧਿਰਾਂ ਕਹਿ ਰਹੀਆਂ ਹੈਗੀਆਂ ਕਿ ਜਿਹੜੀਆਂ ਸਟੇਟ ਪਾਰਟੀਜ਼ ਹੈਗੀਆਂ ਉਹਨਾਂ ਦੀ ਆਵਾਜ਼ ਦੱਬੀ ਜਾ ਸਕਦੀ ਹੈਗੀ ਹੈ, ਇਸੇ ਕਰਕੇ ਹੀ ਸਵਾਲ ਕਰ ਰਿਹਾ। ਸੰਘੀ ਢਾਂਚੇ ਲਈ ਇਹ ਇਕੱਠੀਆਂ ਚੋਣਾਂ ਖਤਰਾ ਹੈ ਤਾਂ ਨਹੀਂ? ਬ੍ਰੇਕ ਤੋਂ ਵਾਪਸ ਆ ਕੇ ਇਸ ਸਵਾਲ 'ਤੇ ਗੌਰ ਕਰਨਾ ਲਾਜ਼ਮੀ ਹੈ। ਇਕੱਠੀਆਂ ਚੋਣਾਂ ਜਮਹੂਰੀ ਮੁਲਕ ਦੇ ਸੰਘੀ ਢਾਂਚੇ ਲਈ ਕਿੰਨੀ ਮਫੀਦ ਹੈਗੀ ਹੈ? ਸਰਬਜੀਤ ਧਾਲੀਵਾਲ, ਜਿਹੜੇ ਕੌਮੀ ਮੁੱਦੇ ਆ ਉਹ ਹਾਈਲਾਈਟ ਹੋ ਜਾਣਗੇ, ਜਿਹੜੇ ਸਥਾਨਕ ਮੁੱਦੇ ਹੈਗੇ ਉਹ ਦੱਬ ਜਾਣਗੇ, ਖਦਸ਼ਾ ਇਹ ਵੀ ਜਿਤਾਇਆ ਜਾ ਰਿਹਾ ਹੈਗਾ ਜਿਹੜੀਆਂ ਛੋਟੀਆਂ ਪਾਰਟੀਆਂ ਹੈਗੀਆਂ ਉਹਨਾਂ ਨੂੰ ਵੀ ਖਤਰਾ ਮਹਿਸੂਸ ਹੋ ਰਿਹਾ ਹੈਗਾ, ਫਿਰ ਆਈਡੀਆ ਤੁਹਾਨੂੰ ਸਾਰਿਆਂ ਨੂੰ ਚੰਗਾ ਲੱਗਦਾ ਕਿਉਂ ਪਿਆ? ਦੇਖੋ, ਇਹ ਤੁਹਾਡੀ ਗੱਲ ਠੀਕ ਹੈ ਕਿ ਇਹਦੇ 'ਚ ਨਾਲ ਕਾਫੀ ਉਥਲ ਪੁਥਲ ਹੋਏਗੀ, ਜਿਹੜੀਆਂ ਰੀਜਨਲ ਪਾਰਟੀਆਂ ਹੈਗੀਆਂ ਹੋ ਸਕਦਾ ਕਿ ਉਹਨਾਂ ਦਾ ਕਈ ਥਾਵਾਂ 'ਤੇ ਵਜੂਦ ਵੀ ਖਤਮ ਹੋ ਜਾਵੇ। ਜਦੋਂ ਨੈਸ਼ਨਲ ਪੋਲੀਟਿਕਸ ਜਿਹੜੀ ਭਾਰੂ ਹੋ ਜਾਂਦੀ ਹੈ, ਜਦੋਂ ਕੌਮੀ ਮੁੱਦੇ ਭਾਰੂ ਹੋ ਜਾਂਦੇ ਨੇ ਤਾਂ ਜਿਹੜੀਆਂ ਰੀਜਨਲ ਐਸਪੀਰੇਸ਼ਨ ਹੁੰਦੀਆਂ ਨੇ ਉਹ ਵਾਕਈ ਦੱਬਦੀਆਂ ਹੈਗੀਆਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਪਰ ਸਾਨੂੰ ਆਈਡੀਆ ਤਾਂ ਦੇਖੋ ਫਲੋਟ ਹੋਇਆ, ਉਹਦੇ ਬਹਿਸ ਹੋ ਰਹੀ ਹੈ, ਆਪਾਂ ਵੀ ਅੱਜ ਇਸੇ ਕਰਕੇ ਬਹਿਸ ਕਰ ਰਹੇ ਹਾਂ ਜੀ ਆਈਡੀਆ ਫਲੋਟ ਹੋਇਆ ਨਾ, ਇਹਦੇ ਕੀ ਅੱਛੇ ਪਹਿਲੂ ਨੇ ਕੀ ਮਾੜੇ ਪਹਿਲੂ ਨੇ, ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਜਦੋਂ ਪਾਰਲੀਮੈਂਟ 'ਚ ਬਹਿਸ ਹੋਏਗੀ, ਜਦੋਂ ਇਹ ਮੁੱਦਾ ਉੱਥੇ ਲਿਆਉਂਦਾ ਜਾਏਗਾ, ਰੈਜੂਲੇਸ਼ਨ ਲਿਆਉਂਦਾ ਜਾਏਗਾ, ਜੋ ਵੀ ਜਾਂ ਅਮੈਂਡਮੈਂਟ ਲਿਆਉਂਦੀ ਜਾਏਗੀ, ਉੱਥੇ ਬਹਿਸ ਹੋਏਗੀ, ਉਹ ਬਹਿਸ 'ਚ ਸਾਰੀਆਂ ਪਾਰਟੀਆਂ ਭਾਗ ਲੈਣਗੀਆਂ, ਉਸ ਤੋਂ ਬਾਅਦ ਕੀ ਫੈਸਲਾ ਹੁੰਦਾ ਉਹ ਦੇਖਿਆ ਜਾਏਗਾ। ਪਰ ਤੁਸੀਂ ਕੀ ਕਹਿ ਰਹੇ ਸੀਗੇ ਕਿ ਇਹਨੂੰ ਕਿਉਂ ਅੱਛਾ ਲੱਗ ਰਿਹਾ? ਅੱਛਾ ਤਾਂ ਇਸ ਕਰਕੇ ਲੱਗ ਰਿਹਾ ਕਿ ਉਹਦੇ ਨਾਲ ਖਰਚਾ ਘਟੇਗਾ, ਇਹਦੇ ਨਾਲ ਬਹੁਤ ਸਾਰੇ ਪਹਿਲੇ ਇਹਦੇ ਜਿਹੜੇ ਬਹੁਤ ਸਾਰੇ ਅੱਛੇ ਪਹਿਲੂ ਵੀ ਨੇ, ਉਹ ਮਤਲਬ ਵੀ ਅੱਛੇ ਪਹਿਲੂਆਂ ਨੂੰ ਸਾਨੂੰ ਕਹਿੰਦਾ ਐਪਰੀਸ਼ੀਏਟ ਵੀ ਕਰਨਾ ਚਾਹੀਦਾ। ਜਦੋਂ ਪਹਿਲੀ ਵਾਰੀ ਚੋਣਾਂ ਹੋਈਆਂ ਸੀ ਦੇਸ਼ ਵਿੱਚ ਤਾਂ ਉਹ ਸਾਰੇ ਦੇਸ਼ ਵਿੱਚ ਇਕੱਠੀਆਂ ਹੋਈਆਂ ਸੀਗੀਆਂ, ਹੌਲੀ ਹੌਲੀ ਫਿਰ ਕਹਿੰਦਾ ਕਿਤੇ ਮੈਜੋਰਿਟੀ ਨਹੀਂ ਆਈ, ਕਿਤੇ ਸਰਕਾਰਾਂ ਟੁੱਟਣੀਆਂ ਸ਼ੁਰੂ ਹੋ ਗਈਆਂ, ਕਿਤੇ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ। ਪਰ ਦੂਸਰੀ ਗੱਲ ਇੱਕ ਇਹ ਹੈ ਕਿ ਤੁਸੀਂ ਕੋਈ ਵੀ ਥਾਂ 'ਤੇ 4 ਸਾਲ ਗਵਰਨੀ ਰਾਜ ਨਹੀਂ ਲਾ ਸਕਦੇ, ਫਿਰ ਉਹ ਲੋਕ ਰਾਜ ਨਹੀਂ ਕਿਹਾ ਜਾਏਗਾ ਉਹਨੂੰ, ਉਹ ਲੋਕ ਰਾਜ ਦੀ ਉਹ ਲੋਕ ਰਾਜ ਦੀ ਪਰਿਭਾਸ਼ਾ 'ਚ ਨਹੀਂ ਆਏਗਾ, ਫਿਰ ਉਹ ਇੱਕ ਵੱਖਰੀ ਕਿਸਮ ਦਾ ਰਾਜ ਹੋਏਗਾ, ਉਹ ਇੱਕ ਵੱਖਰੀ ਕਿਸਮ ਦਾ ਰੂਲ ਹੋਏਗਾ, ਸਟੇਟ 'ਚ ਜਿਹਦਾ ਵੀ ਰਾਜ ਹੋਏਗਾ ਇਸ ਤਰ੍ਹਾਂ ਦਾ, ਉਹ ਸੈਂਟਰ ਦਾ ਰਾਜ, ਉਹ ਸੈਂਟਰ ਦਾ ਰਾਜ ਹੋਏਗਾ, ਉਹਨੂੰ ਫਿਰ ਉਹ ਲੋਕ ਰਾਜ ਦੀ ਪਰਿਭਾਸ਼ਾ ਉਹਦੇ ਚੇਂਜ ਹੋ ਜਾਏਗੀ, ਤਬਦੀਲ ਹੋ ਜਾਏਗੀ। ਮੁਹੰਮਦ ਖਾਲਿਦ ਕਿਉਂ ਇਹ ਜਾਪ ਰਿਹਾ ਕਿ ਸੈਂਟਰ ਜਿਹੜਾ ਸਾਰੀਆਂ ਸ਼ਕਤੀਆਂ ਆਪਦੇ ਕੋਲ ਲਿਜਾਣਾ ਚਾਹ ਰਿਹਾ? ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਜਿਹੜੇ ਸਟੇਟਾਂ ਦੇ ਵਿੱਚ ਇਲੈਕਸ਼ਨ ਹੁੰਦੇ ਆ ਔਰ ਮਿਊਂਸਪੈਲਟੀਆਂ 'ਚ ਇਲੈਕਸ਼ਨ ਹੁੰਦੇ ਆ, ਉਹਨਾਂ ਸਾਰਿਆਂ ਦੀ ਨੇਚਰ ਡਿਫਰੈਂਟ ਹੁੰਦੀ ਹੈ। ਜਿਹੜਾ ਨੈਸ਼ਨਲ ਲੈਵਲ 'ਤੇ ਇਲੈਕਸ਼ਨ ਹੈ ਉੱਥੇ ਨੈਸ਼ਨਲ ਲੈਵਲ ਦੇ ਮੁੱਦੇ ਹੁੰਦੇ ਆ, ਔਰ ਜਿਹੜਾ ਸਟੇਟ ਦਾ ਇਲੈਕਸ਼ਨ ਹੈ ਉੱਥੇ ਲੋਕਲ ਸਟੇਟ ਲੈਵਲ ਦੇ ਮੁੱਦੇ ਹੁੰਦੇ ਆ ਔਰ ਡਿਫਰੈਂਟ ਹੁੰਦੇ ਆ ਸੈਂਟਰ ਨਾਲੋਂ। ਇਸ ਕਰਕੇ ਅਗਰ ਉਹਨਾਂ ਸਾਰਿਆਂ ਨੂੰ ਆਪਾਂ ਗੱਡ ਮੱਡ ਇਕੱਠਾ
वजूद है, अपने अपना उन्होंने अस्तित्व है, कॉन्स्टिट्यूशन उस चीज़ को मानता है। अगर तुम कहो इन सारे इकट्ठा करने की कोशिश करोगे तो वो जो स्टेट है और स्टेट दी जो पोलीटिकल पार्टीज हैं बिल्कुल खत्म हो जाएंगे। ठीक है, चर्चावां हुंदियां उह चर्चावां दे विच कौमी मुद्दे हावी हो जाणगे, लोकल जिहड़े स्थानक मुद्दे हैगे आ उहनां लोकां दी गल कट होऊगी। तुसीं याद करो धालीवाल साहब ते खालिद साहब इस गल नाल सहमत होणगे, जिहड़ा एमपी दा इलैक्शन है ना उह मुफ्त च लड़िया जांदा सी, एमएलए ने इलैक्शन लड़ना हुंदा सी ते एमपी दा पार्टी नाम दिंदी सी ते लड़िया जांदा सी, स्टेट दे मुद्दे ही हमेशा भारू रहिंदे आ, अग्गे वी भारू रहिणगे। मैं इहनां दीआं गल्लां नाल सहमत आं, दोनों एक्सपर्ट जिहड़े बैठे ने कि अमेंडमेंट करनियां पैणगियां, अमेंडमेंट बड़ियां वड्डे दिमाग नाल सोच समझ के बहस करके उहदे च कॉन्स्टिट्यूशन च अमेंडमेंट करनियां पैणगियां, वरना मैनू नहीं लगता किसी नूं कोई खतरा हैगा। जे कोई स्टेट की गल करदा, रीजनल पार्टी हैगी आ स्टेट दे, उस लोकां दा उहनां दे उस पार्टी दे विच फेथ है, कोई पार्टी किसी नूं खत्म नहीं कर सकती। जिन्ना श्रीमती इंदिरा गांधी ने डिक्टेटरशिप लियांदी सी कदे कोई रीजनल पार्टियां खत्म होईयां? कोई नहीं खत्म हो सकदियां। वो तो सगों की चंगी गल है कि सगों की सारयां कोले समां एक लिमिटेड होगा, अपनों अपनी सारे घोड़े भजा लेंगे। इस करके मैनूं लगता है खदशा कित ना कित हो सकता है, पर अमेंडमेंट की इन्हां दीआं गल्लां बिल्कुल सच्चियां ने, कई किस्म दीआं अमेंडमेंट करनियां पैणगियां। पोलिटिकल विल भी होणे है, कर सकदा है। रिपल बेटा आज फिकर नहीं होई है। रिपल बेटा लास्ट कमेंट, लास्ट कमेंट रिपल बेटा। मैं पहला भी कही है कि इस दे उत्ते जिथे उत्ते गल कीती ताजवाल साहब ने बिल्कुल, जिथे सानू लोकतंत्र, जिथे सानू लोक राज दी कदर, वो कीमतां दी कदर करनी पैगी, उस तो बाद इस बारे सोचा जा सकता है। इत्थे हुण जिस तरीके नाल वड्डे सुधार, इस दी वी तां लोड़ है के हर नवी पार्टी बनती है, हर तीजे दिन नवी पार्टी बनती है, 1600 पार्टी हैगी इस देश दे विच, उस पार्टी नू कोई लोकां दा है नी, 1600 पार्टी हैगी तकरीबन इस देश दे विच। ओही गल कर रहा भी 1600 पार्टियां, और पार्टियां जो जिस तरीके ना जो भी कोई पार्टी नू मानता देनी हुंदी उस नाल भी जिहड़ा लोकां दा जिहड़े ओ लोकां दा फतवा जिहड़ा है वो लैके पार्टी बननी चाहिए है। इत्थे भी टू पार्टी सिस्टम भी सोचा जा सकता है। ये सारी गल्लां भी आवाज भी उठे ही ना, नहीं आवाज भी उठे ही ना, बस बड़ियां पार्टियां दिखन, बस नहीं क्या लोकतंत्र लोक राज दी किते की जिस तरीके नाल आपां गल गवर्नी राज दी किते ओंदा भी ध्यान रखना चाहिए। तस्वीर वालियां तुसीं वार वार कहिंदे सी आम आदमी पार्टी नूं वड्डियां पार्टियां खत्म करना चाहुंदियां, ਤੁਹਾਡਾ ਜਿਹੜਾ ਖਾਤਮਾ ਰੁਕ ਜੂਗਾ ਇਹਦੇ ਨਾਲ? ਦੇਖੋ ਉਹ ਤਾਂ ਪਬਲਿਕ ਨੇ ਡਿਸਾਈਡ ਕਰਨਾ ਹੈ ਕਿ ਜੇ ਕਹਿਣ ਨਾਲ ਜਿੱਦਾਂ ਹੁਣ ਮੋਦੀ ਸਾਹਿਬ ਲੱਗੇ ਹੋਏ ਕਰਨ ਵਾਸਤੇ ਤੇ ਫਿਰ ਤੁਸੀਂ ਕਿਉਂ ਡਰਦੇ ਹੁੰਦੇ ਹੋ? ਤੁਸੀਂ ਵਾਰ ਵਾਰ ਕਿਉਂ ਕਹਿੰਦੇ ਸਾਨੂੰ ਖਤਮ ਕਰਨਾ ਚਾਹ ਰਹੇ ਹੈ, ਫ੍ਰੈਂਡਸ਼ਿਪ ਮੈਚ ਖੇਡਦੇ ਆ, ਹੁਣ ਵੀ ਵੱਡੀਆਂ ਪਾਰਟੀਆਂ ਫ੍ਰੈਂਡਸ਼ਿਪ ਮੈਚ ਖੇਡ ਜਾਣਗੀਆਂ ਤੁਹਾਡੇ ਸਾਹਮਣੇ ਹੀ ਹੈ। ਅਮਿਤ ਸ਼ਾਹ ਦੇ ਅੱਡੇ ਵੱਡੇ ਐਲੀਗੇਸ਼ਨ ਹੈ, ਉਹਨੂੰ ਕੁਝ ਨਹੀਂ ਹੋ ਰਿਹਾ, ਸਾਡੇ ਦੇ ਥੱਪੜਾਂ ਦੇ ਝੂਠਾ ਐਲੀਗੇਸ਼ਨ ਲਾ ਕੇ 100 ਬੰਦੇ ਪੁਲਿਸ ਦੇ ਸੀਐਮ ਆਫਿਸ ਦਿੰਦੇ ਆ, ਅਣਵਰ ਪੁੱਛਦੇ ਨਹੀਂ ਤੁਹਾਡੇ ਦੀਵਾਰ ਕਦ ਪੇਂਟ ਹੋਈ ਸੀਗੀ, ਤੁਹਾਡੇ ਗੁਲਦਸਤਾ ਕਦ ਹੈ, ਇਹੋ ਜਿਹੇ ਕੁਐਸਚਨ ਪੁੱਛ ਰਹੇ ਹਾਂ, ਵਟ ਇਸ ਦਿਸ? ਇਹ ਖਤਮ ਕਰਨ ਦੀ ਗੱਲ ਹੈ, ਇਹ ਡਰ ਦੀ ਗੱਲ ਹੈ। ਅੱਛਾ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਹਾਂ, ਦੇਖੋ ਕਨਸੈਪਟ ਕਾਫੀ ਅੱਛਾ ਹੈ ਤੇ ਬਹੁਤ ਵਧੀਆ ਕਨਸੈਪਟ ਹੈ, ਪਰ ਇਸ 'ਚ ਜਿਹੜੀ ਸਭ ਤੋਂ ਜਿਹੜੀ ਵੱਡੀ ਗੱਲ ਹੈਗੀ ਹੈ ਉਹ ਗੱਲ ਇਹ ਹੈਗੀ ਹੈ ਕਿ ਆਪਾਂ ਕਿਵੇਂ ਕੌਨਸਟੀਟਿਊਸ਼ਨ 'ਚ ਉਹ ਚੇਂਜਿਸ ਲੈ ਕੇ ਆਈਏ, ਕਿਵੇਂ ਉਹਨੂੰ ਅਮੈਂਡ ਕਰ ਸਕੀਏ, ਅਤੇ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਜਿਹੜੀ ਜਿੱਥੇ ਸਰਕਾਰਾਂ ਟੁੱਟਣਗੀਆਂ ਜਾਂ ਜਿੱਥੇ ਸਰਕਾਰਾਂ ਘੱਟ ਸਮੇਂ ਵਾਸਤੇ ਬਣਨਗੀਆਂ ਉਹਦੇ ਵਾਸਤੇ ਕੀ ਪ੍ਰੋਵੀਜ਼ਨ ਹੋਣੇ ਚਾਹੀਦੇ, ਉਹਦੇ ਪ੍ਰੋਪਰ ਡਿਸਕਸ਼ਨ ਹੋ ਕੇ ਹੀ ਤੁਸੀਂ ਇਸ ਦੌਰ ਵਿੱਚੋਂ ਨਿਕਲ ਚੁੱਕੇ ਹੋ 49 ਦਿਨਾਂ ਦੀ ਸਰਕਾਰ ਦੇ। ਮੈਂ ਇੱਕ ਗੱਲ ਕਹੂੰਗਾ, ਇਹਨਾਂ ਨੇ ਬੜੀ ਵੱਡੀ ਗੱਲ ਕਹੀ ਹੈ ਕਿ ਪਬਲਿਕ ਨੇ ਫੈਸਲਾ ਕਰਨਾ, ਪਬਲਿਕ ਨੇ ਫੈਸਲਾ ਕਰ ਚੁੱਕੀ ਹੈ। ਅੱਜ ਮੈਂ ਕੱਲ੍ਹ ਲੁਧਿਆਣੇ ਦੀ ਇਲੈਕਸ਼ਨ ਹੋਈ ਹੈ ਨਾ, ਇੱਕ ਖਾਤਾ ਖੁੱਲਿਆ ਅਤੇ ਦੂਜੇ ਥਾਂ 'ਤੇ ਵੀ ਸਿਰਫ 3 ਥਾਂ ਤੋਂ ਆਏ ਆ 50 ਸੀਟਾਂ। ਇੱਕ ਗੱਲ ਦੂਜੀ ਜਿਹੜੀ ਵੱਡੀ ਮੈਂ ਬੇਨਤੀ ਕਰਦਿਆਂ ਕਿ ਜਿੱਥੋਂ ਇਹਨਾਂ ਦੀ ਪਾਰਟੀ ਦਾ ਜਨਮ ਹੋਇਆ ਸੀ ਅੰਨਾ ਹਜ਼ਾਰੇ ਜੀ ਤੋਂ, ਉਹ ਅੰਨਾ ਹਜ਼ਾਰੇ ਜੀ ਦੀ ਅੱਜ ਸਟੇਟਮੈਂਟ ਲੱਗੀ ਅਖਬਾਰਾਂ 'ਚ ਪੜ੍ਹ ਲੈਣਾ, ਉਹਨਾਂ ਨੇ ਵੀ ਇਹਨੂੰ ਇਮਾਨਦਾਰੀ ਦਾ ਸਰਟੀਫਿਕੇਟ ਦਿੱਤਾ ਕਿ ਕਿੰਨਾ ਕਰਪਟ ਇਹ ਕੇਜਰੀਵਾਲ ਜਿਹੜਾ ਸਾਬਤ ਹੋਇਆ। ਇਸ ਕਰਕੇ ਉਹ ਯਾਰ ਤੁਸੀਂ ਹੀਰੋ ਬਣਨਾ ਚਾਹੁੰਦੇ ਆ, ਜੀਰੋ ਤੋਂ ਹੀਰੋ ਕੌਣ ਬਣਾਵੇ? ਪਰਚਾ ਦਰਜ ਕਰਕੇ ਥੋ ਤੋਂ ਲੈਣਾ ਕੀ ਆ ਕਿਸੇ ਨੇ? ਮਰੀਏ ਨੇ ਕਾਨੂੰਨ ਆਪੇ ਤੁਸੀਂ ਦਫ਼ਤਰ ਦੇ ਜਿਹੜਾ ਤੇ ਪਰਚਾ ਦਰਜ ਕਰਾਇਆ ਸੀ ਚੀਕਾ ਵਾਲਾ, ਥੋੜਾ ਪਟਕ ਗਿਆ ਤੁਸੀਂ ਗੱਲ, ਥੋੜਾ ਪਟਕ ਗਿਆ ਥੋੜਾ ਮੰਤਰੀ ਆ, ਥੋੜੀਆਂ ਵੀਡੀਓ ਵੀ ਆ, ਥੋੜਾ ਪਟਕ ਗਿਆ, ਪਟਕ ਗਿਆ ਐਜੂਕੇਸ਼ਨ ਤੁਸੀਂ ਗੱਲ ਕਰਦੇ, ਪਟਕ ਗਿਆ ਬਿਲਕੁਲ, ਪਟਕ ਗਿਆ ਜੇ ਪਰਚੇ ਗੱਲ ਕਰੋ ਆਪਾਂ, ਥੋੜਾ ਪਟਕ ਗਿਆ, ਵਾਪਸ ਆਇਓ, ਵਾਪਸ ਆਇਓ, ਵਾਪਸ ਆਇਓ, ਵਾਪਸ ਆਇਓ, ਜੇ ਪਰਚਾ ਦਰਜ ਹੁੰਦਾ ਚੀਕਾ ਮਾਰ ਦਿਓ, ਵਾਪਸ ਕਰ ਲਓ, ਵਾਪਸ ਕਰ ਲਓ, ਵਾਪਸ ਕਰ ਲਓ, ਥੋੜਾ ਵਾਪਸ ਕਰ ਲਓ, ਜੇ ਚੋਣ ਸੁਧਾਰਾਂ ਦੀ ਗੱਲ ਹੁੰਦੀ ਹੈ ਮੁੱਖ ਮੰਤਰੀ, ਇੱਕ ਮਿੰਟ ਸੁਣੋ ਰਹੀ ਸਾਹਿਬ, ਅਮਿਤ ਸ਼ਾਹ ਮੁੰਡੇ ਨੂੰ ਭੇਜਣਾ, ਇੱਕ ਮਿੰਟ, ਇੱਕ ਮਿੰਟ, ਇੱਕ ਮਿੰਟ, ਇੱਕ ਮਿੰਟ,
दर्शकों जवाब देना देखो ऐदां तुसीं बहुत अच्छी गल कीती है जिहड़ा अपने आधार कार्ड नाल तुसीं लिंक करो हर एक वोटर नूं नंबर वन नंबर दो जिन्नियां पोलीटिकल पार्टीज है उन्होंने आर टी आई अंदर लैके आओ नंबर तीन जिन्नियां भी पोलीटिकल पार्टियां वो बैठ के अपने मन मर्जी दे नाल जिस तरीके दे नाल अपने विधायकों के पैसे बधाई जांदियां ना उत्थे भी जनता की राय लैनी चाहिए है कि भाई साहब तुहानू किन्ने पैसे मिलने चाहिए किन्ने नहीं मिलने चाहिए क्या यह पब्लिक सर्विस है या तुसी अपनी सर्विस करदे हो क्योंकि टू बिकम MLA और MP इट्स ए गुड इकोनॉमिक्स ऑलसो तुसी किन्ना पैसा खर्च करदे हो कि किन्ना तुसी सरकार तो वाइट दे विच लैंदे हो अदरवाइज की कुछ हुंदा तो आपां सारयां नूं पता है ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਰ ਜੀ ਧਾਲੀਵਾਲ ਸਰ ਜੀ ਧਾਲੀਵਾਲ ਸਰ ਜੀ ਧਾਲੀਵਾਲ ਹੁਣ ਜੇ ਚਰਚਾ ਛਿੜੀ ਹੈਗੀ ਚੋਣ ਸੁਧਾਰਾਂ ਦੀ ਗੱਲ ਕਰਦੇ ਹੈਗੇ ਆ ਚਰਚਾ ਵੀ ਉੱਠ ਰਹੀ ਹੈਗੀ ਆ ਕਿ ਜਿਹੜੇ ਟੈਲੀਫੋਨ ਦੇ ਪੱਤੇ ਹੈਗੇ ਇਹਨਾਂ ਨੂੰ ਬਹੁਤ ਜ਼ਿਆਦਾ ਦਿੱਤੇ ਜਾ ਰਹੇ ਹੈਗੇ ਆ ਪਬਲਿਕ ਡੋਮੇਨ ਦੇ ਵਿੱਚ ਸਾਰੀਆਂ ਚੀਜ਼ਾਂ ਲੈ ਕੇ ਜਾਣੀਆਂ ਚਾਹੀਦੀਆਂ ਉਹ ਫੈਸਲਾ ਕਰ ਸਕਣ ਵੀ ਸਾਡੇ ਨੁਮਾਇੰਦੇ ਆ ਜਿਹੜੇ ਉਹ ਕਿੰਨਾ ਲੈ ਰਹੇ ਆ ਕਿੰਨਾ ਵੰਡ ਰਹੇ ਆ ਜਿਹੜੇ ਉਹਨਾਂ ਕੋਲ ਫੰਡਸ ਹੈਗੇ ਆ ਕਿੰਨੇ ਉਹ ਐਲੋਕੇਟ ਕਰ ਰਹੇ ਆ ਕਿੰਨੇ ਵਾਪਸ ਚਲੇ ਜਾ ਰਹੇ ਹੈਗੇ ਯੋਜਨਾਵਾਂ ਬਹੁਤ ਬਣ ਰਹੀਆਂ ਉਹਨਾਂ ਸੁਧਾਰਾਂ ਦਾ ਕੀ ਹੋਊਗਾ ਮੈਂ ਦੇਖੋ ਦੋ ਮੈਂ ਦੋ ਪੁਆਇੰਟ ਕਹਿਣੇ ਚਾਹਣਾ ਬਸ ਇਹਦੇ ਵਿੱਚ ਇੱਕ ਤਾਂ ਮੇਰੇ ਜਿਹੜੇ ਆਪਣਾ ਕਹਿ ਰਹੇ ਸੀ ਖਾਲਿਦ ਸਾਹਿਬ ਮੈਨੀਫੈਸਟੋ ਜਿਹੜਾ ਹੈਗਾ ਉਹ ਸਭ ਤੋਂ ਵੱਡੀ ਲੋਕਾਂ ਨਾਲ ਠੱਗੀ ਹੈ ਉਹ ਠੱਗੀ ਬੰਦ ਹੋਣੀ ਚਾਹੀਦੀ ਹੈ ਮੈਨੀਫੈਸਟੋ ਵਿੱਚ ਹਰੇਕ ਚੀਜ਼ ਆਫਰ ਕਰਤੀ ਜਾਂਦੀ ਹੈ ਦੈਟ ਜੇ ਬਾਇੰਗ ਦਾ ਵੋਟਸ ਥਰੂ ਟ੍ਰੈਜਰੀ ਅੱਜ ਕੱਲ੍ਹ ਪੋਲੀਟੀਕਲ ਪਾਰਟੀਆਂ ਨੇ ਖਜ਼ਾਨੇ ਰਾਹੀਂ ਵੋਟਾਂ ਖਰੀਦਣੀਆਂ ਸ਼ੁਰੂ ਕਰਤੀਆਂ ਵੀ ਅਸੀਂ ਖਜ਼ਾਨੇ 'ਚ ਤੁਹਾਨੂੰ ਆਹ ਫਰੀ ਦੇ ਦਿਆਂਗੇ ਆਹ ਫਰੀ ਦੇ ਦਿਆਂਗੇ ਵੋਟ ਸਾਨੂੰ ਪਾ ਦਿਓ ਇਹ ਆਮ ਹੋ ਗਿਆ ਇਹ ਸਾਰੇ ਦੇਸ਼ 'ਚ ਹੋ ਗਿਆ ਇਹ ਸਾਰੇ ਦੇਸ਼ 'ਚ ਹੋ ਗਿਆ ਜੀ ਇਹ ਸਾਰੇ ਦੇਸ਼ 'ਚ ਹੋ ਗਿਆ ਮੈਂ ਕਹਿੰਦਾ ਕਿ ਮੈਨੀਫੈਸਟੋ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਜਿਹੜੀ ਪਾਰਟੀ ਆਪਣੇ ਮੈਨੀਫੈਸਟੋ ਨਹੀਂ ਲਾਗੂ ਕਰਦੀ ਪ੍ਰੋਪਰਲੀ ਉਹ ਪਾਰਟੀ ਨੂੰ ਬੈਨ ਕਰ ਦੇਣਾ ਚਾਹੀਦਾ ਅਗਲੇ 6 ਸਾਲਾਂ ਬਾਅਦ ਬਹੁਤ ਧੰਨਵਾਦ ਦੂਜੀ ਹਾਂ ਫਟਾਫਟ ਦੂਜੀ ਮੈਂ ਜਿਹੜੀ ਤੁਸੀਂ ਗੱਲ ਕਹਿੰਦੇ ਸੁਧਾਰ ਦੀ ਚੋਣ ਸੁਧਾਰ ਹੋਣੇ ਲਾਜ਼ਮੀ ਨੇ ਇਹ ਹੋਣੇ ਚੋਣ ਸੁਧਾਰ ਹੋਣੇ ਚੋਣ ਸੁਧਾਰ ਹੋਣੇ ਚਾਹੀਦੇ ਨੇ ਜ਼ਰੂਰੀ ਨੇ ਕਿਉਂਕਿ ਸਾਡਾ ਜਿਹੜਾ ਚੋਣ ਸਿਸਟਮ ਆ ਬਹੁਤ ਵਿਗੜ ਚੁੱਕਿਆ ਇਹ ਬਹੁਤ ਇਹਨੂੰ ਠੀਕ ਕਰਨਾ ਇਹਨੂੰ ਸਰਲ ਕਰਨਾ ਇਹਨੂੰ ਕੀ ਹੁੰਦਾ ਪੈਸਾ ਮੁਕਤ ਕਰਨਾ ਇਹ ਬਹੁਤ ਜ਼ਰੂਰੀ ਹੈ ਜਿਹੜੇ ਉਹ ਲੋਕ ਸਵਾਲ ਕਰਦੇ ਹੈਗੇ ਟੈਲੀਫੋਨ ਦੇ ਪੱਤੇ ਇਹਨਾਂ ਨੂੰ ਬਹੁਤ ਬਿਲਕੁਲ ਉਹ ਲੋਕ ਪਬਲਿਕ ਡੇ ਮੇਂ ਚੁਣੇ ਅਸਲ ਵਿੱਚ ਇੱਕ ਸਟੇਟ ਨੇ ਕੀਤਾ ਕਿ ਉਹਨਾਂ ਨੇ ਕਮੇਟੀ ਬਣਾ ਦਿੱਤੀ ਉਹ ਕਮੇਟੀ ਫੈਸਲਾ ਕਰੇਗੀ ਇਹ ਮੈਨੂੰ ਪਤਾ ਨਹੀਂ ਕਿਹੜੀ ਸਟੇਟ ਨੇ ਕੀਤਾ ਮੇਰੇ ਯਾਦ ਨਹੀਂ ਆ ਰਿਹਾ ਹੁਣ ਸਾਡੀ ਸੈਂਟਰ ਨੇ ਕੀਤਾ ਹੁਣ ਹਾਂ ਉਹ ਕਮੇਟੀ ਹੀ ਬੀਜੇਪੀ ਸੈਂਟਰ ਨੇ ਕੀਤਾ ਉਹ ਕਮੇਟੀ ਫੈਸਲਾ ਕਰੇਗੀ ਬਹੁਤ ਧੰਨਵਾਦ पर जो चोणा लड़न वेले जिहड़े आईडिया दिते गए सीगे ओह आईडिया जो तक इंप्लीमेंट नहीं होणगे नवे आईडिया जमीन ते किवें उतरणगे सवाल यह हैगा पहला जिहड़े आईडिया दिते सीगे न्यू इंडिया वाले मेक इन इंडिया वाले ओह आईडिया पहला जमीन ते आ जाण नवे आईडिया ते बहस फिर हो जाएगी बहुत धन्यवाद